ਤਾਂ ਗੁਰਮੀਤ ਰਾਮ ਰਹੀਮ ਜੋ ਕਿ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਲੇਕਿਨ ਹੁਣ 21 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਨੂੰ ਫਰਲੋ ਪੈਰੋਲ ਮਿਲਣ ਦੇ ਮਾਇਨੇ ਆਖਿਰ ਹੈ ਕੀ ਨੇ, ਇਹ ਇੱਕ ਵੱਡਾ ਸਵਾਲ ਹੈ। ਕਈ ਸਵਾਲ ਨੇ ਜੋ ਕਿ ਲੋਕਾਂ ਦੇ ਜ਼ਹਿਨ ਦੇ ਵਿੱਚ ਨੇ, ਅੱਜ ਉਹਨਾਂ ਦੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਕਿਉਂ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ, ਇਹ ਵੀ ਬਹੁਤ ਵੱਡਾ ਸਵਾਲ ਹੈ। ਫਰਲੋ ਪੈਰੋਲ ਪਿੱਛੇ ਕੀ ਕੋਈ ਸਿਆਸੀ ਕਨੈਕਸ਼ਨ ਤਾਂ ਨਹੀਂ ਹੈ ਕਿ ਸਿਆਸਤ ਦੇ ਮੱਦੇਨਜ਼ਰ ਫਰਲੋ ਦਿੱਤੀ ਜਾ ਰਹੀ ਹੋਵੇ? ਵਾਰ ਵਾਰ ਵਿਰੋਧ ਦੇ ਬਾਵਜੂਦ ਕਿਵੇਂ ਮਿਲ ਜਾਂਦੀ ਹੈ ਬਾਬੇ ਨੂੰ ਪੈਰੋਲ, ਜਦਕਿ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦੇ ਆ ਕਿ ਬੰਦੀ ਸਿੰਘ ਨੇ ਜਿਹੜੇ ਉਹਨਾਂ ਨੂੰ ਤਾਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ, ਲੇਕਿਨ ਰਾਮ ਰਹੀਮ ਨੂੰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ? ਤਾਂ ਇਹਨਾਂ ਵੱਡੇ ਸਵਾਲਾਂ ਦੇ ਉੱਪਰ ਅੱਜ ਚਰਚਾ ਕਰਾਂਗੇ, ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸੀਨੀਅਰ ਜਿਹੜੇ ਨੇ ਐਨਾਲਿਸਿਸ ਉਹ ਵੀ ਜੁੜਨਗੇ, ਅਤੇ ਨਾਲ ਵੱਖ ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਵੀ ਜੁੜਨਗੇ। ਯਾਨੀ ਕਿ ਅੱਜ ਇਸ ਮੁੱਦੇ 'ਤੇ ਗੱਲਬਾਤ ਹੋਏਗੀ ਕਿ ਫਰਲੋ ਸਿਆਸਤ 'ਤੇ ਸਵਾਲ ਹੈ ਕੀ ਨੇ, ਉਹਨਾਂ ਦੇ ਜਵਾਬ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ। ਵਿਸ਼ੇਸ਼ ਤੌਰ 'ਤੇ ਜੇਕਰ ਦੇਖਿਆ ਜਾਏ ਤਾਂ ਹੁਣ ਤੱਕ 8 ਤੋਂ 10 ਵਾਰ ਗੁਰਮੀਤ ਰਾਮ ਰਹੀਮ ਨੂੰ ਫਰਲੋ 'ਤੇ ਪੈਰੋਲ ਦਿੱਤੀਆਂ ਜਾ ਚੁੱਕੀਆਂ ਨੇ। ਹਾਲਾਂਕਿ 2007 ਦੇ ਵਿੱਚ ਸਜ਼ਾ ਹੋਈ ਸੀ 20 ਸਾਲ ਦੀ ਜਿਣਸੀ ਸ਼ੋਸ਼ਣ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ, ਉਸ ਤੋਂ ਬਾਅਦ ਤੋਂ ਹੀ ਭਾਵੇਂ ਕਿ ਜੇਲ੍ਹ ਦੇ ਵਿੱਚ ਬੰਦ ਹੈ ਗੁਰਮੀਤ ਰਾਮ ਰਹੀਮ, ਲੇਕਿਨ ਜਦੋਂ ਵੀ ਦਿਲ ਕਰਦਾ ਉਸ ਮੌਕੇ 'ਤੇ ਫਰਲੋ ਦੀ ਮੰਗ ਕੀਤੀ ਜਾਂਦੀ ਹੈ, ਪੈਰੋਲ ਦੀ ਮੰਗ ਕੀਤੀ ਜਾਂਦੀ ਹੈ। ਤਾਂ ਹਾਈ ਕੋਰਟ ਉਸ ਹਿਸਾਬ ਦੇ ਨਾਲ, ਤਰਕਾਂ ਦੇ ਹਿਸਾਬ ਦੇ ਨਾਲ ਜਾਂ ਫਿਰ ਦਲੀਲਾਂ ਤਕਰੀਰਾਂ ਦੇ ਹਿਸਾਬ ਦੇ ਨਾਲ ਫਰਲੋ ਵੀ ਦੇ ਦਿੰਦਾ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲ ਖੜੇ ਇਸ ਗੱਲ ਕਰਕੇ ਕਰਦੇ ਨੇ ਕਿਉਂਕਿ ਬੰਦੀ ਸਿੰਘ ਇੱਕ ਪਾਸੇ, ਦੂਸਰੇ ਪਾਸੇ ਅਜਿਹੇ ਜਿਹੜੇ ਨੇ ਬਹੁਤ ਸੰਗੀਨ ਅਪਰਾਧ, ਜਿਹੜੇ ਬਹੁਤ ਗੰਭੀਰ ਦੋਸ਼ ਨੇ, ਉਹਨਾਂ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਬਾਹਰ ਕਿਉਂ ਆਉਣ ਦਿੱਤਾ ਜਾ ਰਿਹਾ? ਭਾਵੇਂ ਕਿ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ, ਉਹ ਤੋਂ ਬਾਅਦ ਹਾਈਕੋਰਟ ਨੇ ਵੀ ਸਖਤੀ ਦੇ ਨਾਲ ਇਹ ਗੱਲਬਾਤ ਕਹੀ ਸੀ ਕਿ ਇਸ 'ਤੇ ਵਿਚਾਰ ਕੀਤਾ ਜਾਏਗਾ ਅਤੇ ਹਰਿਆਣਾ ਸਰਕਾਰ ਨੂੰ ਡਾਇਰੈਕਸ਼ਨ ਵੀ ਕੀਤੀਆਂ ਗਈਆਂ ਸੀ। ਲੇਕਿਨ ਹੁਣ ਜਦੋਂ ਪਿਛਲੇ ਦਿਨੀ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ ਗੁਰਮੀਤ ਰਾਮ ਰਹੀਮ ਦੀ ਫਰਲੋ ਨੂੰ ਲੈ ਕੇ, ਤਾਂ ਉਹ ਤੋਂ ਬਾਅਦ ਅੱਜ ਜਦੋਂ ਸਾਹਮਣੇ ਚੀਜ਼ ਆਉਂਦੀ ਹੈ ਤਾਂ 21 ਦਿਨਾਂ ਦੀ ਪੈਰੋਲ ਜਿਹੜੀ ਹੈ ਉਹ ਮੁੜ ਤੋਂ ਦੇ ਦਿੱਤੀ ਜਾਂਦੀ ਹੈ ਗੁਰਮੀਤ ਰਾਮ ਰਹੀਮ ਨੂੰ। ਤਾਂ ਹੁਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੁੜ ਤੋਂ ਸਵਾਲ ਉੱਠਣ ਲੱਗੇ ਨੇ ਕਿ ਆਖਿਰ ਇੱਕ ਪਾਸੇ ਤਾਂ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੋਕ, ਉਹਨਾਂ ਨੂੰ ਜੇਲ੍ਹਾਂ 'ਚ ਡੁੱਕਿਆ ਹੋਇਆ, ਕੋਈ ਜਿਹੜਾ ਇਹ ਅਜਿਹੀ ਚੀਜ਼ ਹੈ ਹੀ ਨਹੀਂ ਕਿ ਸਿੱਧੇ ਤੌਰ 'ਤੇ ਜੇਕਰ ਦੇਖਿਆ ਜਾਏ ਕਿ ਸਪਸ਼ਟ ਤੌਰ 'ਤੇ ਹੋਈ, ਯਾਨੀ ਕਿ ਪਾਰਸ਼ੀਅਲਟੀ ਦਾ ਜਿਹੜਾ ਹੈ ਉਹ ਦੋਸ਼ ਲਾਇਆ ਜਾ ਰਿਹਾ, ਦੋਹਰੇ ਕਾਨੂੰਨ ਦਾ ਜਿਹੜਾ ਹੈ ਉਹ ਵੀ ਦੋਸ਼ ਲਾਇਆ ਜਾ ਰਿਹਾ ਕਿ ਸਿੱਖਾਂ ਦੇ ਲਈ ਕਾਨੂੰਨ ਹੋਰ ਹੈ, ਲੇਕਿਨ ਇਹਨਾਂ ਅਜਿਹੇ ਬਾਬਿਆਂ ਦੇ ਲਈ ਕਾਨੂੰਨ ਕਿਉਂ ਅਜਿਹਾ ਹੋਰ ਹੈ? ਕੀ ਆਖਿਰ ਸਿਆਸੀ ਕੋਈ ਕਨੈਕਸ਼ਨ ਤਾਂ ਨਹੀਂ ਹੈ? ਕਿਉਂਕਿ ਰਾਮ ਰਹੀਮ ਦੀ ਫਰਲੋ 'ਤੇ ਹੁਣ ਸਵਾਲ ਉੱਠਣੇ ਵਾਜਿਬ ਜੀ ਗੱਲ ਹੈ। ਹਾਲਾਂਕਿ ਗੁਰਚਰਨ ਸਿੰਘ ਗਰੇਵਾਲ SGPC ਮੈਂਬਰ, ਉਹਨਾਂ ਨੇ ਵੀ ਕਾਫੀ ਅਹਿਮ ਜਿਹੜੇ ਨੇ ਤਰਕਾਂ ਦੇ ਨਾਲ ਅੱਜ ਇੱਕ ਮੈਸੇਜ ਸਾਂਝਾ ਕੀਤਾ। ਤਾਂ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਸਾਡੇ ਨਾਲ ਜੁੜੇ ਨੇ। ਇਸਤਕਬਾਲ ਹੈ ਜੀ Z Media 'ਤੇ ਤੁਹਾਡਾ, ਤਾਂ ਉੱਥੇ ਪੋਲੀਟੀਕਲ ਐਕਸਪਰਟ ਪ੍ਰੋਫੈਸਰ ਮਨਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਤੁਹਾਡਾ ਵੀ ਜੀ ਆਇਆਂ ਨੂੰ ਹੈ ਜੀ, ਅਤੇ ਹੋਰ ਦੂਸਰੀਆਂ ਪਾਰਟੀਆਂ ਦੇ ਵੀ ਆਗੂ ਸਾਡੇ ਨਾਲ ਜੁੜਨਗੇ, ਉਹਨਾਂ ਦਾ ਇੰਤਜ਼ਾਰ ਰਹੇਗਾ। ਸਭ ਤੋਂ ਪਹਿਲਾਂ ਪੋਲੀਟੀਕਲ ਐਕਸਪਰਟ ਦਾ ਰੁਖ ਕਰਦੇ ਹਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ। ਪ੍ਰੋਫੈਸਰ ਸਾਹਿਬ, ਜਿਸ ਹਿਸਾਬ ਦੇ ਨਾਲ ਜਿਹੜੀਆਂ ਪੈਰੋਲਾਂ ਫਰਲੋਆਂ ਮਿਲ ਰਹੀਆਂ ਨੇ ਬਹੁਤ ਗੰਭੀਰ ਦੋਸ਼ਾਂ ਦੇ ਵਿੱਚ, ਕੀ ਤੁਹਾਨੂੰ ਲੱਗਦਾ ਹੈ ਕਿ ਦੋਸ਼ ਬਹੁਤ ਹਲਕੇ ਨੇ, ਹੌਲੇ ਨੇ, ਬਜਾਏ ਇਸ ਦੇ ਕਿ ਜਿਹੜੇ ਕਈ ਸਾਲ ਜੇਲ੍ਹਾਂ ਦੇ ਵਿੱਚ ਕੱਟ ਰਹੇ ਨੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ, ਅਸੀਂ ਕੋਈ ਅਦਾਲਤ 'ਤੇ ਸਵਾਲ ਨਹੀਂ ਖੜ੍ਹ ਰਹੇ,
ਖੜੇ ਕਰ ਰਹੇ। ਮਾਣਯੋਗ ਅਦਾਲਤ ਉਸੇ ਹਿਸਾਬ ਦੇ ਨਾਲ ਦਲੀਲਾਂ ਤਕਰੀਰਾਂ ਦੇ ਨਾਲ ਹੀ ਜਿਹੜਾ ਫੈਸਲਾ ਸੁਣਾਉਂਦੀ ਹੈ, ਪੈਰੋਲਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਸਥਾਨਕ ਗਵਰਨਮੈਂਟ ਹਰਿਆਣਾ ਸਰਕਾਰ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਦਾ ਕਿੰਨਾ ਕੰਟਰੀਬਿਊਸ਼ਨ ਤੋਂ ਬਾਅਦ ਅਜਿਹੇ ਬਾਬੇ ਬਾਹਰ ਆ ਰਹੇ ਨੇ। ਜੇ ਮੇਰੀ ਆਵਾਜ਼ ਸਾਫ਼ ਆ ਰਹੀ ਹੈ ਤਾਂ ਮੈਂ ਗੱਲ ਸ਼ੁਰੂ ਕਰਦਾ। ਦੇਖੋ, ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਤਿੰਨ ਉਹਦੇ ਸ਼ਕਤੀ ਕੇਂਦਰ ਆ ਜਿੱਥੋਂ ਉਹ ਪੈਦਾ ਹੁੰਦੀ ਹੈ। ਇੱਕ ਤੇ ਰਾਜਨੀਤਿਕ ਲੋਕ ਖੁਦ, ਦੂਸਰਾ ਬਾਬੇ, ਤੇ ਜਾਣੀ ਬਾਬੇ ਜਾਂ ਧਰਮ ਨੂੰ ਵੀ ਜਿੱਥੇ ਇਸਤੇਮਾਲ ਜਿੰਨਾ ਕੁ ਕੀਤਾ ਜਾ ਸਕੇ ਕੀਤਾ ਜਾਂਦਾ, ਤੇ ਛੋਟੇ ਛੋਟੇ ਬਾਬੇ ਬਹੁਤ ਕਾਰਗਰ ਸਾਬਿਤ ਹੁੰਦੇ ਆ। ਜੇ ਜਿੱਥੇ ਜਿੱਥੇ ਬਾਬੇ ਨਹੀਂ ਆ ਉੱਥੇ ਰਾਜਨੀਤਿਕ ਲੋਕ ਬਾਬੇ ਪੈਦਾ ਕਰ ਲੈਂਦੇ ਆ ਤਾਂ ਕਿ ਉਹਨਾਂ ਨੂੰ ਇਹੋ ਜਿਹੀ ਇੱਕ ਜੜ ਲੱਗੀ ਰਹੇ। ਤੀਜੀ ਜਿਹੜੀ ਉਹਨਾਂ ਦੀ ਧਿਰ ਹੈਗੀ ਆ ਉਹ ਕਾਰਪੋਰੇਟ, ਜਿੱਥੋਂ ਇਸ ਸਾਰੀ ਕਾਰਵਾਈ ਲਈ ਪੈਸਾ ਅਵੇਲੇਬਲ ਹੁੰਦਾ। ਇਹ ਤਿੰਨ ਜਿਹੜੇ ਪੁਆਇੰਟ ਹੈ ਜਿੱਥੋਂ ਸਾਰੀ ਸ਼ਕਤੀ ਫਲੋ ਕਰਦੀ ਹੈ। ਹੁਣ ਤੁਸੀਂ ਹਾਲਾਤ ਦੇਖ ਲਓ ਕਿ ਪਿੱਛੇ ਜਿਹੜੀ ਰਾਜਨੀਤੀ ਕਿਵੇਂ ਕਿਵੇਂ ਪ੍ਰਭਾਵਿਤ ਹੋਈ। ਆ ਹੁਣੇ ਹਾਥਰਸ ਦੇ ਵਿੱਚ 121 ਲੋਕ ਮਰ ਗਏ ਤੇ ਬਾਬਾ ਜੀ ਬਾਹਰ ਆ, ਹੋਰ ਨਾ 11 ਬੰਦਿਆਂ ਨੂੰ ਫਸਾ ਦਿੱਤਾ ਤੇ ਉਹਨੂੰ ਇਨਕੁਆਇਰੀ ਕਰੋ, ਇਹਨੂੰ ਇਨਕੁਆਇਰੀ ਕਰੋ, ਬਾਬੇ ਤੇ ਕੋਈ ਨਹੀਂ ਕਿ ਤੁਸੀਂ ਇੰਤਜ਼ਾਮ ਕਿਉਂ ਨਹੀਂ ਕੀਤਾ। ਉਸੇ ਤਰ੍ਹਾਂ ਹੀ ਅੱਜ ਦੀ ਖਬਰ ਆ ਕਿ ਬਿਹਾਰ ਦੇ ਵਿੱਚ ਬਾਬੇ ਨੇ, ਇੱਥੋਂ ਕੁਛ ਸਿੱਖਿਆ ਨਹੀਂ ਅਸੀਂ, ਬਾਬੇ ਦੇ ਉੱਥੇ ਇਕੱਠ ਹੋਇਆ, 7 ਬੰਦੇ ਸਟੈਂਪੀਡ ਦੇ ਵਿੱਚ ਭਗਦੜ ਚ ਫੇਰ ਮਰ ਗਏ, 9 ਜ਼ਖਮੀ ਹੋ ਗਏ, ਕੋਈ ਨਹੀਂ ਪੁੱਛਣਾ। ਬਾਬਾ ਬਗੇਸ਼ਵਰ ਮੱਧ ਪ੍ਰਦੇਸ਼ ਦੇ ਵਿੱਚ ਵੱਡੇ ਵੱਡੇ ਮਿਨਿਸਟਰ ਜਾ ਕੇ ਉੱਥੇ ਨਤਮਸਤਕ ਹੁੰਦੇ ਆ ਤੇ ਉਹਨੂੰ ਐਨ ਖੁੱਲੀਆਂ ਵਾਗਡੋਰਾਂ ਦਿੱਤੀਆਂ ਆ ਕਿ ਜਿੰਨਾ ਵੀ ਜ਼ਹਿਰੀਲਾ ਭਾਸ਼ਣ ਉਹ ਦੇ ਸਕੇ ਤੇ ਦਿੰਦਾ ਆ, ਕੋਈ ਉਹਦੇ ਤੇ ਰੋਕ ਟੋਕ ਕਾਨੂੰਨ, ਆਮਦਨ ਕਰ, ਟੈਕਸ, GST ਕੁਛ ਨਹੀਂ ਹੈ। ਮਤਲਬ ਇੱਕ ਨਵੀਂ ਦੁਨੀਆ ਪੈਦਾ ਹੋਈ ਹੋਈ ਹੈ। ਮੈਂ ਲਾਸਟ ਗੱਲ ਕਹੂੰਗਾ ਜਿਹੜੀ ਤੁਸੀਂ ਬਾਰ ਬਾਰ ਕਹਿ ਰਹੇ ਆ, ਜਿੰਨਾ ਪੰਜਾਬ ਦੇ ਅੰਦਰ ਘੱਲੂਘਾਰਾ ਹੋਇਆ 80ਵਿਆਂ ਤੇ 90ਵਿਆਂ ਵਾਲਾ, ਉਹਦੀ ਜੜ ਚ ਕੀ ਸੀਗਾ? ਬਾਬੇ। ਜਾਣੀ ਇੱਥੋਂ ਨਿਰੰਕਾਰੀ ਬਾਬੇ ਦੇ ਅਟੈਕ 13 ਅਪ੍ਰੈਲ 1978 ਨੂੰ ਗਿਆ। ਇੱਕ ਵੱਡਾ ਸਵਾਲ ਹੈ ਕਿ ਬਾਬਿਆਂ ਨੂੰ ਤਜ਼ੱਫੋ ਕੌਣ ਦੇ ਰਿਹਾ ਹੈ? ਤੁਸੀਂ ਬਗੇਸ਼ਵਰ ਬਾਬੇ ਦੀ ਗੱਲਬਾਤ ਕੀਤੀ ਹੈ, ਉੱਥੇ ਆਖਿਰ ਕੌਣ ਜਾ ਰਹੇ ਨੇ? ਕਈ ਸਿੰਗਰ ਜਾ ਰਹੇ ਨੇ, ਪੰਜਾਬੀ ਸਿੰਗਰ ਜਾ ਰਹੇ ਨੇ, ਕੇਸਾਧਾਰੀ ਜਾ ਰਹੇ ਨੇ, ਕਈਆਂ ਨੇ ਜਿਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਨੇ ਉਹ ਜਾ ਰਹੇ ਨੇ। ਯਾਨੀ ਕਿ ਫਿਰ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਬੜਾਵਾ ਦੇ ਰਹੇ ਨੇ ਇਹਨਾਂ ਨੇ ਬਾਬਿਆਂ ਨੂੰ। ਉਸ ਤੋਂ ਬਾਅਦ ਇਹਨਾਂ ਦਾ ਹੀਣਾ ਇਸ ਹਿਸਾਬ ਨਾਲ ਖੁੱਲ੍ਹਦਾ ਹੈ ਕਿ ਬਖੌਫ ਤਰੀਕੇ ਦੇ ਨਾਲ ਅਜਿਹੀਆਂ ਜਿਹੜੀਆਂ ਘਿਨੌਣੀਆਂ ਕਰਤੂਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ। ਮੁੜ ਤੋਂ ਤੁਹਾਡੇ ਕੋਲ ਆਉਣਾ ਚੱਬਰ ਸਾਹਿਬ ਦਾ ਰੁੱਖ ਕਰੂੰਗਾ। ਚੱਬਰ ਸਾਹਿਬ, ਤੁਹਾਨੂੰ ਕੀ ਲੱਗਦਾ, ਕਿਉਂਕਿ ਗਰੇਵਾਲ ਸਾਹਿਬ ਨੇ, ਗੁਰਚਰਨ ਸਿੰਘ ਗਰੇਵਾਲ ਸਾਹਿਬ ਨੇ ਵੀ ਕਈ ਗੰਭੀਰ ਜਿਹੜੇ ਨੇ ਸਵਾਲ ਖੜੇ ਕੀਤੇ ਨੇ ਕਿ ਆਖਿਰ ਬੰਦੀ ਸਿੰਘ ਤੇ ਦੂਸਰੇ ਪਾਸੇ ਹਰਿਆਣਾ ਸਰਕਾਰ ਦੀ ਇਲੈਕਸ਼ਨ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਮੈਂ ਗੁਰਪ੍ਰੀਤ ਜੀ, ਪਹਿਲਾਂ ਤਾਂ ਤੁਸੀਂ ਆਪਣੇ ਮੁੱਢ ਦੇ ਵਿੱਚ ਹੀ ਗੱਲ ਦੱਸਤੀ ਕਿ ਬੇਗਾਨਗੀ ਦਾ ਅਹਿਸਾਸ ਸਿੱਖ ਕੌਮ ਕਰਦੀ ਹੈ, ਕਿਉਂਕਿ ਜਿਸ ਤਰ੍ਹਾਂ ਬੰਦੀ ਸਿੰਘ ਵਾਲਾ ਮਸਲਾ ਤੁਸੀਂ ਛੇੜਿਆ, ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਜੀਆਂ ਦਾ ਮੈਂ ਅਕਸਰ ਡਿਬੇਟ ਸੁਣਦਾ ਰਹਿਣਾ। ਟੋਟਲੀ ਗੱਲ ਇਹਨਾਂ ਨੇ ਕੁੱਜੇ ਸਮੁੰਦਰ ਬੰਦ ਕਰਤਾ। ਅਸਲ ਗੱਲ ਤਾਂ ਜੜ ਤਾਂ ਇਹ ਹੈ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਜਾਂ ਸਰਕਾਰਾਂ ਦੇ ਬੜਾ ਹਿਸਾਬ ਚਾਹੁੰਦਾ ਕੰਮ ਇਹ। ਬਾਬੇ ਬੜਾ ਪੈਕੇਜ ਮਿਲ ਜਾਂਦਾ ਇਕੱਠਾ, ਵੋਟ ਸਿਸਟਮ, ਇਕੱਲਾ ਵੋਟਾਂ ਦਾ ਪੈਕੇਜ ਲੈਣ ਵਾਸਤੇ ਨਹੀਂ, ਨਾਲ ਕਿਸੇ ਦੇ ਖਿਲਾਫ਼ ਇਸਤੇਮਾਲ ਕਰਨ ਵਾਸਤੇ ਬਹੁਤ ਵਧੀਆ ਪੈਕੇਜ ਹੈ ਇਹ। ਰਾਮ ਰਹੀਮ ਵਾਲਾ, ਜਿਵੇਂ ਪਹਿਲਾਂ ਨਿਰੰਕਾਰੀ ਵਾਲਾ ਤਾਂ ਪ੍ਰੋਫੈਸਰ ਸਾਹਿਬ ਗੱਲ ਕਰ ਹਟੇ, ਰਾਮ ਰਹੀਮ ਨੇ ਕੀ ਚਾਂਦਨੀ ਚਾੜੇ, ਬਲਾਤਕਾਰ ਤੇ ਕਤਲ ਚ ਤਾਂ ਚਲੋ ਟ੍ਰਾਇਲ ਸੀਗਾ, 17 ਤੋਂ ਬਾਅਦ ਸਜ਼ਾ ਹੋਊਗੀ, ਤੇ ਪਰ ਜੋ ਵੱਡੀ 7 ਤੋਂ ਲੈ ਕੇ 17 ਤੱਕ ਪੰਜਾਬ ਦੇ ਵਿੱਚ ਅੱਗ ਵਲਦੀ ਰਹੀ ਹੈ ਕਿ ਪਹਿਲਾਂ ਇਹਨੇ ਸਵਾਂਗ ਰਚਿਆ ਉਦੋਂ ਅੱਗ ਲਾਈ ਪੰਜਾਬ ਚ, ਤੇ ਹੁਣ ਜੋ ਇਹਦੇ ਡੇਰੇ ਦੇ ਜੋ ਇਹਦੇ ਚੇਲੇ ਹੈ ਮੇਨ, ਜੋ ਪ੍ਰਦੀਪ ਕਲੀਅਰ ਨੇ ਸਾਰਾ ਕਲੀਅਰ ਹੀ ਕਰਤਾ ਵੀ ਬੇਅਦਬੀ ਦੀ ਮਤਲਬ ਜੋ
ਘਨਾਉਣੀ ਕਾਰਵਾਈ ਹੈ, ਹਰਕਤ ਹੈ, ਇਹਨੇ ਕੀਤੀ ਹੈ ਤੇ ਬਾਬੇ ਨੇ, ਰਾਮ ਰਹੀਮ ਨੇ, ਹਨੀਪ੍ਰੀਤ ਨੇ ਟੋਟਲ, ਤੇ ਨਾਲ ਹੀ ਪੰਜਾਬ ਦੇ ਵਿੱਚ ਮਤਲਬ ਕੀ ਮਾਹੌਲ ਹੋਇਆ ਸੀ ਆਪਾਂ ਵੇਖਿਆ, ਤੇ ਅੱਜ ਇਹ ਫਿਰ ਚੜਾ ਰਹੇ ਹੈ। ਤੁਸੀਂ ਇਹ ਦੇਖੋ ਜਿਹੜਾ ਪ੍ਰਦੀਪ ਕਲੇਰ ਹੈ, ਬੜੇ ਕੌਨਫੀਡੈਂਸ ਤੇ ਹੌਸਲੇ ਨਾਲ ਕਹਿ ਰਹੇ ਆ, ਤੁਸੀਂ ਪਹਿਲੀ ਇੰਟਰਵਿਊ ਵੇਖੀ ਉਹਦੀ, ਕਿ ਹਾਂ ਜੀ ਮੇਰਾ ਮੋਬਾਈਲ ਚੱਲਦਾ ਸੀ, ਅੱਗੇ ਸਿੱਟਾਂ ਕਹੀ ਜਾਣ, ਕੋਰਟਾਂ ਕਹੀ ਜਾਣ, ਅਦਾਲਤਾਂ ਕਹੀ ਜਾਣ ਵੀ ਇਹ ਪੀਓ ਹੈਗਾ, ਭਗੌੜਾ ਹੈਗਾ, ਮੇਰਾ ਤਾਂ ਕਹਿੰਦਾ ਉਹੀ ਮੋਬਾਈਲ ਨੰਬਰ ਚੱਲਦਾ, ਮੈਂ ਤਾਂ ਸਿਮ ਹੀ ਨਹੀਂ ਬੰਦ ਕੀਤਾ, ਸ਼ਰੇਆਮ ਸਸਤੇ ਡੇਰੇ 'ਚ ਮੈਂ ਰਹਿੰਦਾ ਸੀ, ਮੈਨੂੰ ਕੋਈ ਹੱਥ ਨਹੀਂ ਪਾ ਸਕਿਆ, ਫੜ ਨਹੀਂ ਸਕਿਆ, ਕਹਿਣ ਦਾ ਭਾਵ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਇਹ ਸਰਕਾਰਾਂ ਇਹਨਾਂ ਨੂੰ ਪਾਲ ਕੇ ਰੱਖਦੀਆਂ, ਉਹਨਾਂ ਦੇ ਪਾਲਤੂ ਹੈ, ਬਹੁਤ ਹੀ ਮਾੜੀ ਗੱਲ ਹੈ, ਬਹੁਤ ਹੀ ਮਾੜੀ ਗੱਲ ਹੈ, ਕਿਉਂਕਿ ਇੱਕ ਕੰਪੈਰੀਜ਼ਨ ਹੋ ਜਾਂਦਾ। ਬਿਲਕੁਲ ਤੁਸੀਂ ਗੱਲਬਾਤ ਦਾ ਜ਼ਿਕਰ ਕਰ ਰਹੇ ਹੋ ਕਿ ਇਹ ਤਾਂ ਭਾਵੇਂ ਇਹ ਤਾਂ ਦਸਤੂਰ ਰਿਹਾ, ਜੇ ਆਪਾਂ ਇਤਿਹਾਸ ਦੇਖੀਏ ਚੱਬਰ ਸਾਹਿਬ, ਕਿ ਭਾਵੇਂ ਕਿਸੇ ਵੀ ਸਟੇਟ ਦੇ ਵਿੱਚ ਹੋਏ, ਜਿਹੜਾ ਡੇਰਾਵਾਦ ਹੈ ਉਹ ਹਮੇਸ਼ਾ ਪਾਰੂ ਰਿਹਾ, ਇਲੈਕਸ਼ਨਸ ਦੇ ਉੱਪਰ ਡੇਰਾਵਾਦ ਦਾ ਸਿਸਟਮ ਹੈ ਹਮੇਸ਼ਾ ਪਾਰੂ ਰਿਹਾ। ਸਾਡੇ ਨਾਲ ਚੇਤਨ ਮੋਹਨ ਜੋਸ਼ੀ ਵੀ ਜੁੜੇ ਨੇ ਭਾਰਤੀ ਜਨਤਾ ਪਾਰਟੀ ਤੋਂ, ਉਹਨਾਂ ਦਾ ਵੀ ਮੈਂ ਜੀ ਆਇਆਂ ਕਹਿੰਦਾ। ਜੋਸ਼ੀ ਸਾਹਿਬ, ਹਾਲਾਂਕਿ ਲਗਾਤਾਰ ਹੁਣ ਸਵਾਲ ਇਸ ਗੱਲ ਕਰਕੇ ਖੜੇ ਹੋ ਰਹੇ ਨੇ ਕਿ ਹਰਿਆਣਾ ਦੇ ਵਿੱਚ ਸਥਾਨਕ ਜਿਹੜੀ ਹਕੂਮਤ ਆ ਉਹ ਤੁਹਾਡੀ ਹੈ, ਤੁਹਾਡੀ ਪਾਰਟੀ ਦੀ ਹੈ, ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਲੇਕਿਨ ਹੁਣ ਸਵਾਲ ਇੱਥੇ ਇਹ ਖੜਾ ਹੋ ਰਿਹਾ ਕਿਉਂਕਿ ਵਾਰ ਵਾਰ ਪੈਰੋਲਾਂ ਮਿਲ ਰਹੀਆਂ ਨੇ, ਤਾਂ ਦੂਸਰੇ ਪਾਸੇ ਬੱਦੀ ਸਿੰਘਾਂ ਦਾ ਜ਼ਿਕਰ ਕੀਤਾ ਜਾ ਰਿਹਾ, SGPC ਦੁਆਰਾ ਪ੍ਰੋਫੈਸਰ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਦੋਸ਼ ਨੇ ਰਾਮ ਰਹੀਮ ਦੇ ਉੱਪਰ ਕਿ ਉਹ ਗੰਭੀਰ ਹੈ ਜਾਂ ਨਹੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਇੱਥੇ ਮੈਂ ਗੱਲ ਕਹਿਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਕੁਛ ਇੱਕ ਚੀਜ਼ਾਂ ਦੇ ਵਿੱਚ ਸਾਡੀ ਸਹਿਮਤੀ ਇੱਕ ਦੂਜੇ ਦੇ ਨਾਲ ਨਹੀਂ ਹੈਗੀ। ਇਹ ਪਲੀਜ਼, ਪਹਿਲਾਂ ਵੀ ਮੈਂ ਕਈ ਵਾਰੀ ਡਿਸਕਸ ਕਰ ਚੁੱਕਿਆ, ਚਾਹੇ ਉਹ ਪਾਣੀ ਦਾ ਮਸਲਾ ਹੋਵੇ, ਚਾਹੇ ਉਹ ਕਿਸੇ ਤਰ੍ਹਾਂ ਦੀ ਕੋਈ ਕੁਛ ਇੱਕ ਐਸੇ ਮਸਲੇ ਹੈਗੇ ਜਿਹਦੇ ਵਿੱਚ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਯੂਨਿਟ ਪਹਿਲਾਂ ਪੰਜਾਬੀਅਤ ਨੂੰ ਪੇਸ਼ ਕਰਦਾ ਵਾ, ਬਾਅਦ ਚੋਂ ਉਹ ਕਿਸੇ ਹੋਰ ਨੂੰ ਪੇਸ਼ ਕਰਦਾ, ਲੇਕਿਨ ਇਸ ਮਕਸਦ ਦੇ ਇਸ ਮੁਤਲਕ ਮੈਨੂੰ ਲੱਗਦਾ ਕਿ ਜੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਨੂੰ ਕੋਈ ਪੈਰੋਲ ਦਿੱਤੀ ਜਾ ਰਹੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਕੀਤੀ ਜਾ ਰਹੀ ਆ, ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਟੈਕਨੀਕਲ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਨੇ ਕਿ ਆਖਿਰ ਕਿਸ ਆਧਾਰ ਦੇ ਉੱਤੇ ਕਿਹੜੇ ਕਾਗਜ਼ ਲੱਗ ਕੇ ਇਹ ਪੈਰੋਲ ਦਿੱਤੀ ਗਈ ਆ। ਇਹਦੇ ਵਿੱਚ ਅਸੀਂ ਬਿਲਕੁਲ ਕਿਸੇ ਕੋਈ ਬੰਦਾ ਕਤਲ ਕਰਦਾ ਵਾ, ਕੋਈ ਬੰਦਾ ਕਿਸੇ ਤਰ੍ਹਾਂ ਦਾ ਕੰਮ ਕਰਦਾ, ਲੇਕਿਨ ਕਾਨੂੰਨ ਉਹਨੂੰ ਆਪਣੀ ਗੱਲ ਰੱਖਣ ਦਾ ਇੱਕ ਮੌਕਾ ਦਿੰਦਾ ਤੇ ਕਾਨੂੰਨ ਦੇ ਮੁਤਾਬਕ ਹੀ ਉਹ ਆਪਣੀ ਗੱਲ ਰੱਖ ਪਾਉਂਦਾ। ਆਪਣੇ ਨਿੱਜੀ ਵਿਚਾਰ ਬਿਲਕੁਲ ਹਰ ਕਦੇ ਉਹਨਾਂ ਨਿੱਜੀ ਵਿਚਾਰਾਂ ਦਾ ਵੀ ਮੈਂ ਸਤਿਕਾਰ ਕਰਦਾ, ਚਾਹੇ ਡਾਕਟਰ ਮਨਜੀਤ ਸਿੰਘ ਹੋਣੀ ਕਹਿੰਦੇ ਪਏ ਨੇ, ਚਾਹੇ ਪ੍ਰੋਫੈਸਰ ਸਾਹਿਬ ਕਹਿੰਦੇ ਪਏ ਨੇ, ਲੇਕਿਨ ਇੱਥੇ ਇਹ ਚੀਜ਼ ਸਭ ਤੋਂ ਪਹਿਲਾਂ ਬਹੁਤ ਅਹਿਮ ਰੋਲ ਅਦਾ ਕਰਦੀ ਆ ਕਿ ਕਾਨੂੰਨ ਦੇ ਕਿਹੜੇ ਦਾਇਰੇ ਦੇ ਵਿੱਚ ਰਹਿ ਕੇ ਕਿਹੜੀਆਂ ਟੈਕਨੀਕਲ ਏਦਾਂ ਦੀਆਂ ਗੱਲਾਂ ਨੇ ਜਿਹਨੂੰ ਕਿ ਡਿਨਾਈ ਨਹੀਂ ਕੀਤਾ ਜਾ ਸਕਦਾ, ਜਿਹਦੇ ਕਰਕੇ ਉਹਨਾਂ ਨੂੰ ਪੈਰੋਲ 21 ਦਿਨ ਦੀ ਮਿਲੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਿ ਦੋਹਰਾ ਕਾਨੂੰਨ ਕਿਉਂ ਆ ਇਹ? ਹਾਲਾਂਕਿ ਟੈਕਨੀਕਲੀ ਜਿਹੜੇ ਪੱਖ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਾਨੂੰਨ ਦਾ, ਮੈਂ ਉਸ 'ਤੇ ਆਉਂਦਾ ਕਿਉਂਕਿ ਉਹ ਹਮੇਸ਼ਾ ਹੀ ਜ਼ਿਕਰ ਕਰਦੇ ਨੇ SGPC ਦੇ ਤਮਾਮ ਮੈਂਬਰ ਕਿ ਦੋਹਰਾ ਕਾਨੂੰਨ ਕਿਉਂ ਹੈ, ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਕਿਉਂ ਨਹੀਂ ਰਿਲੀਜ਼ ਕੀਤਾ ਜਾ ਰਿਹਾ? ਦੂਸਰੇ ਪਾਸੇ ਜਿਨ੍ਹਾਂ ਦੇ ਗੰਭੀਰ ਦੋਸ਼ ਨੇ, ਜਿਨ੍ਹਾਂ ਨੇ ਇੰਨਿਆਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਜਿਹੜੀ ਹੈ ਆਹਤ ਪਹੁੰਚਾਈ ਹੈ, ਉਹਨਾਂ ਨੂੰ ਕਿਉਂ ਪੈਰੋਲ ਦਿੱਤੀ ਜਾ ਰਹੀ ਹੈ? ਇਹ ਦੋਹਰੇ ਕਾਨੂੰਨ ਦਾ ਜਿਹੜਾ ਮਾਪਦੰਡ ਹੈ ਇਹ ਕੀ ਹੈ? ਇਹ SGPC ਵੀ ਸਵਾਲ ਕਰ ਰਿਹਾ। ਦੇਖੋ, SGPC ਅੱਜ ਸਵਾਲ ਕਰਦੀ ਪਈ, ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਉਸ ਟਾਈਮ ਸਤਿਕਾਰਯੋਗ ਮੁੱਖ ਮੰਤਰੀ ਸਨ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਦਾ ਅਸੀਂ ਅੱਜ ਵੀ ਨਾਮ ਲੈ ਕੇ ਸਿਰ ਝੁਕਾ ਦਿੰਦੇ ਕਿਉਂਕਿ ਸਾਡਾ ਬੜਾ ਸਤਿਕਾਰ ਹੈ ਉਹਨਾਂ ਦੇ ਪ੍ਰਤੀ। ਉਸ ਟਾਈਮ ਵੀ ਜੇ ਤੁਸੀਂ ਪੈਰੋਲ ਦੀ ਗੱਲ ਕਰਦੇ ਪਏ ਹੋ, ਕਿਤੇ ਨਾ ਕਿਤੇ ਪੈਰੋਲ ਦੇ ਵਿੱਚ ਸਰਕਾਰਾਂ ਦੀ ਵੀ ਸਹਿਮਤੀ ਹੁੰਦੀ ਹੈ, ਇਹਦੇ 'ਚ ਡਿਨਾਈ ਨਹੀਂ ਕੀਤਾ ਜਾ ਸਕਦਾ। ਅੱਜ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਵਾਲ ਕਰਦੀ ਪਈ ਆ
ਤੇ ਉਸ ਸਮੇਂ ਇਹਨਾਂ ਨੂੰ ਵੀ ਇੱਕ ਏਦਾਂ ਦੀ ਗੱਲ ਕਰਨੀ ਚਾਹੀਦੀ ਸੀ ਜਦੋਂ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀਗੇ ਪੰਜਾਬ ਦੇ, ਮਤਲਬ ਸੱਤਾ ਤੋਂ ਲੈ ਜਾਈਏ ਤੇ ਫਿਰ ਗੱਲ ਕੁਛ ਹੋਵੇ, ਸੱਤਾ ਵਿੱਚ ਹੋਈਏ ਤੇ ਗੱਲ ਕੁਛ ਹੋਵੇ, ਇਹ ਦੋਹਰਾ ਮਾਪਦੰਡ ਨਹੀਂ ਚੱਲਣਾ ਇੱਥੇ। ਇਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਠੀਕ ਆ ਇਹਨਾਂ ਦੇ ਸਵਾਲ ਦਾ, ਜਿੱਥੇ ਮੈਂ ਸਤਿਕਾਰ ਕਰਦਾ ਵਾਂ ਉਹਨਾਂ ਦੀ ਇਸ ਵਜ੍ਹਾ ਨੂੰ ਵਾਜਬ ਸਮਝਦਾ ਵਾਂ, ਲੇਕਿਨ ਜੇ ਮੇਰੀ ਥਾਂ ਦੇ ਉੱਤੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਪਹਿਲਾਂ ਸੁਖਬੀਰ ਸਿੰਘ ਜੀ ਬਾਦਲ ਹੋਣਾ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੁੰਦਾ ਤੇ ਸ਼ਾਇਦ ਇਹਨਾਂ ਨੂੰ ਜ਼ਿਆਦਾ ਵਧੀਆ ਜਵਾਬ ਮਿਲ ਜਾਂਦਾ। ਨਹੀਂ ਦੇਖੋ ਉਹ ਇੱਕ ਸੈਪਰੇਟ ਥਿੰਗ ਹੈ ਕਿਉਂਕਿ ਉਹ ਪੋਲੀਟੀਕਲ ਪਾਰਟੀ ਹੈ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜਵਾਤ ਜਾਂ ਫਿਰ ਕਹਿ ਲਈਏ ਕਿ ਇੱਕ ਧਾਰਮਿਕ ਸੰਸਥਾ ਹੈ। ਤਾਂ ਮੈਂ ਤੁਹਾਡੇ ਕੋਲ ਮੁੜ ਤੋਂ ਆਉਣਾ ਜੋਸ਼ੀ ਸਾਹਿਬ, ਤਾਂ ਚੱਬਰ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਮੈਂ ਜੀ ਪਹਿਲਾਂ ਤਾਂ ਜੋਤੀ ਸਾਹਿਬ ਨੂੰ ਬੇਨਤੀ ਕਰਦਾ ਕਿ 17 ਤੱਕ ਗੌਰਮੈਂਟ ਸੀ ਅਕਾਲੀ ਦਲ ਦੀ, ਉਸ ਤੋਂ ਬਾਅਦ ਬਾਬੇ ਨੂੰ ਸਜ਼ਾਵਾਂ ਹੋਈਆਂ, ਜੇਲ੍ਹ ਚ ਗਿਆ। ਤੀਜੀ ਗੱਲ, ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੜੇ ਜੋਸ਼ ਖਰੋਸ਼ ਨਾਲ ਉਠਾਇਆ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੇ, ਤੇ ਸਰਸੇ ਵਾਲੇ ਸਾਧ ਨੂੰ ਜਿਹਨੂੰ ਤੁਸੀਂ ਬੀਜੇਪੀ ਨੇ ਚਹੇਤਾ ਬਣਾਇਆ ਹੋਇਆ, ਵਾਰ ਵਾਰ ਪਰੋਲਾ ਦੇ ਰਹੇ ਹੋਏ, ਪਾਰਲੀਮੈਂਟ ਦੇ ਵਿੱਚ ਰੌਲਾ ਪਾਇਆ ਅਤੇ ਬੰਦੀ ਸਿੰਘਾਂ ਵਾਸਤੇ ਵਾਰ ਵਾਰ ਜੇ ਰੌਲਾ ਪਾਇਆ ਸੀ। ਜੋਸ਼ੀ ਧਿਆਨ ਮਾਰੋ, ਅਸੀਂ ਇਹੀ ਰੋਣਾ ਰੋ ਰਹੇ ਹਾਂ ਕਿ ਇੱਕ ਪਿੰਡ ਦੀ ਸੱਥ ਵਿੱਚ ਬਹਿ ਕੇ ਬੰਦਾ ਗੱਲ ਕਰ ਲੈ ਨਾ, ਉਹ ਤੇ ਵੀ ਅਮਲ ਕਰਦਾ, ਪਰ ਬੀਜੇਪੀ ਦੀ ਪੂਰੀ ਕੈਬਨਿਟ ਨੇ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਥੇ ਆ ਕੇ ਪੰਜਾਬ 'ਚ ਆ ਕੇ ਕਹਿ ਕੇ ਅਸੀਂ ਰਿਹਾ ਕਰਾਂਗੇ, ਉਹ ਤੁਸੀਂ ਮੁੱਕਰ ਗਏ। ਸੋ ਤਾਂ ਦੁੱਖ ਆਉਂਦਾ, ਤਾਂ ਰੋਣਾ ਰੋਂਦੇ ਹਾਂ ਅਸੀਂ, ਐਵੇਂ ਨਹੀਂ ਗੱਲਾਂ ਹੁੰਦੀਆਂ, ਫੈਕਟ ਨੇ। ਜੋਸ਼ੀ ਤੁਸੀਂ ਪੜ੍ਹੋ, ਠੀਕ ਹੈ ਠੀਕ ਹੈ, ਜਵਾਬ ਲੈ ਲੈਂਦੇ ਆਪਾਂ, ਜਵਾਬ ਲੈ ਲੈਂਦੇ ਚੱਬਰ ਸਾਹਿਬ, ਕਿਉਂਕਿ ਜੋਸ਼ੀ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ। ਦੇਖੋ ਅੱਜ ਇਹ ਗੱਲਾਂ ਜ਼ਰੂਰ ਚੁੱਕਦੇ ਪਏ ਨੇ ਵੀ ਬੀਬਾ ਜੀ ਨੇ ਉੱਥੇ ਗੱਲ ਪਾਰਲੀਮੈਂਟ ਚੁੱਕੀ, ਜਦੋਂ ਤੁਸੀਂ ਸੱਤਾ ਦੇ ਵਿੱਚ ਸੀਗੇ ਉਸ ਵੇਲੇ 2014-15 ਦੇ ਵਿੱਚ ਵਿਗਿਆਪਨ ਦਿੱਤੇ ਗਏ ਨੇ। ਗੱਲ ਇੱਥੇ ਇਹ ਆਉਂਦੀ ਆ, ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣਾ ਦੋਹਰਾ ਮਾਪਦੰਡ ਛੱਡ ਕੇ ਇੱਕ ਬੰਨੇ ਹੋਣਾ ਪੈਣਾ ਵਾ ਕਿ ਜੋ ਤੁਸੀਂ ਪਾਸਟ ਵਿੱਚ ਕੀਤਾ ਉਸ ਟਾਈਮ ਅਸੀਂ ਤੇ ਬਿਲਕੁਲ ਤੁਹਾਡੇ ਸਹਿਯੋਗੀ ਸੀਗੇ, ਲੇਕਿਨ ਜੇ ਪੰਜਾਬ ਦੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂਦੀ ਆ, ਤੇ ਸੁਦਰਸ਼ਨ ਜੀ ਨੇ ਜਦੋਂ ਆਪਣੇ NDA ਦੀ ਸਰਕਾਰ ਪਹਿਲੀ ਵਾਰੀ ਬਣੀ ਸੀ, ਤੁਹਾਨੂੰ ਯਾਦ ਹੋਵੇਗਾ ਸਤਿਕਾਰਯੋਗ ਪ੍ਰੈਸ ਸਾਹਿਬ, ਕਿ ਉਸ ਟਾਈਮ ਜੋਧਪੁਰ ਦੀ ਜੇਲ੍ਹ ਵਿੱਚੋਂ ਕਿੰਨੇ ਬੰਦੀ ਸਿੰਘ ਰਿਹਾ ਕੀਤੇ ਗਏ ਸੀਗੇ। ਅੱਜ ਦੀ ਜਿਹੜਾ ਅੱਜ ਦਾ ਜਿਹੜਾ ਮੁੱਦਾ ਇੱਥੇ ਆ ਰਿਹਾ ਨਾ, ਦੇਖੋ ਮੈਂ ਕੋਈ ਰਾਮ ਰਹੀਮ ਦੇ ਇਸ ਸਿਸਟਮ ਨੂੰ ਕੋਈ ਗ੍ਰੀਨ ਸਿਗਨਲ ਨਹੀਂ ਮੈਂ ਦਿੰਦਾ ਪਿਆ ਕਿ ਮੈਂ ਕਹਾਂ ਜੀ ਮੈਂ ਬਿਲਕੁਲ ਉਹਨਾਂ ਦੇ ਕੀਤੇ ਗਏ ਕੰਮਾਂ ਦੀ ਮੈਂ ਬੜਾ ਜੀ ਉਹਦੇ ਉੱਤੇ ਕੋਈ ਪਰਦਾ ਪਾਊਂਗਾ। ਜਿਹੜਾ ਜੇਲ੍ਹ ਗਿਆ ਉਹਨੇ ਕੁਛ ਨਾ ਕੁਛ ਤੇ ਕੀਤਾ ਹੀ ਹੋਏਗਾ। ਮੈਨੂੰ ਇੱਥੇ ਟੈਕਨੀਕਲ ਮੈਂ ਗੱਲ ਕਰਾਂਗਾ ਤੁਹਾਡੇ ਨਾਲ, ਕਾਨੂੰਨੀ ਤੌਰ ਤੇ ਟੈਕਨੀਕਲ ਤੌਰ ਤੇ ਗੱਲ ਕਰਾਂਗਾ, ਇੱਥੇ ਮੈਂ ਆਪਣੀ ਨਿੱਜੀ ਰਾਏ ਕਰਕੇ ਮੈਂ ਇੱਕ ਵਰਗ ਦੇ ਵਾਸਤੇ ਕੋਈ ਸਪੋਰਟਿਵ ਗੱਲ ਨਹੀਂ ਕਰਾਂਗਾ, ਲੇਕਿਨ ਅੱਜ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਤਿਕਾਰਯੋਗ ਮੈਂਬਰਾਂ ਨੇ ਗੱਲ ਚੱਕਦੇ ਪਏ ਨੇ, ਇਸ ਸਵਾਲ ਨੂੰ ਚੱਕਣ ਤੋਂ ਪਹਿਲਾਂ ਆਪਣਾ ਕਿ ਚਿੰਤਨ ਮੰਥਨ ਵੀ ਕੀਤਾ ਜਾਵੇ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਅਸੀਂ ਤੇ ਸਹਿਯੋਗੀ ਪਾਰਟੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਹੋਣਾ ਦੇ ਬਿਲਕੁਲ ਬਿਲਕੁਲ ਜੋਸ਼ੀ ਸਾਹਿਬ ਉਹੀ ਚੀਜ਼ ਹੈ ਕਿ ਉਸ ਟਾਈਮ ਤਾਂ ਤੁਸੀਂ ਭਾਈਵਾਲੀ ਸੀ, 9 ਮਾਸ ਦਾ ਤੁਹਾਡਾ ਰਿਸ਼ਤਾ ਸੀ, ਉਸ ਮੌਕੇ ਤੇ ਜਿਹੜਾ ਇਹ ਚੀਜ਼ ਕਿਉਂ ਨਹੀਂ ਕੀਤੀ ਗਈ, ਇਹ ਵੀ ਇੱਕ ਵੱਡਾ ਸਵਾਲ ਹੈ। ਮੈਂ ਉਹਨਾਂ ਜੋਸ਼ੀ ਸਾਹਿਬ ਤੁਹਾਡੇ ਕੋਲ, ਤਾਂ ਪ੍ਰੋਫੈਸਰ ਸਾਹਿਬ ਦਾ ਮੈਂ ਰੁੱਖ ਕਰੂੰਗਾ। ਪ੍ਰੋਫੈਸਰ ਸਾਹਿਬ ਭਾਵੇਂ ਪੰਜਾਬ ਹੋਏ, ਭਾਵੇਂ ਹਰਿਆਣਾ ਹੋਏ ਜਾਂ ਫਿਰ ਕੋਈ ਵੀ ਸਟੇਟ ਹੋਏ, ਤੁਹਾਨੂੰ ਕੀ ਲੱਗਦਾ ਕਿ ਪੂਰੇ ਮੁਲਕ ਭਰ ਦੇ ਵਿੱਚ ਜਿਹੜਾ ਡੇਰਾਵਾਦ ਹੈ ਵਾਕਈ ਸੈਸ ਦੇ ਉੱਪਰ ਭਾਰੂ ਪੈਂਦਾ ਰਿਹਾ ਹਮੇਸ਼ਾ ਹੀ, ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਕਿੰਨਾ ਕੁ ਇੰਪੈਕਟਫੁਲ ਰਹੇਗਾ? ਮੈਨੂੰ ਦੁਬਾਰਾ ਦੱਸਿਓ, ਜੋਸ਼ੀ ਸਾਹਿਬ ਬੋਲੀ ਗਏ। ਸੌਰੀ ਮੈਨੂੰ ਨਾ ਆਵਾਜ਼ ਨਹੀਂ ਸੁਣੀ ਤੁਹਾਡੀ, ਮਾਫੀ ਚਾਹੁੰਦਾ ਮੈਂ, ਪਲੀਜ਼। ਠੀਕ ਹੈ ਜੋਸ਼ੀ ਸਾਹਿਬ, ਮੈਂ ਤੁਹਾਡੇ ਕੋਲ ਮੁੜ ਤੋਂ ਆਉਂਦਾ। ਪ੍ਰੋਫੈਸਰ ਸਾਹਿਬ, ਮੇਰਾ ਸਵਾਲ ਇਹ ਹੈ ਕਿ ਮੁਲਕ ਭਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਡੇਰਾਵਾਦ ਸਿਸਟਮ ਹੈ ਉਹ ਸਿਆਸਤ ਦੇ ਉੱਪਰ ਕਿੰਨਾ ਕੁ ਭਾਰੂ ਹੈ,
ਜਾਂ ਪਿਛਲੇ ਆਪਾਂ ਇਤਿਹਾਸ ਦੀ ਗੱਲਬਾਤ ਕਰੀਏ, ਕਿੰਨਾ ਕੁ ਇੰਪੈਕਟ ਪਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਇੰਪੈਕਟ ਪੈ ਸਕਦਾ, ਤੁਹਾਨੂੰ ਕੀ ਲੱਗਦਾ ਅੱਜ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ? ਮੈਂ ਸਿਆਸਤ ਦੀ ਇੱਕ ਜਿਹੜੀ ਹੋਰ ਜ਼ਰੂਰੀ, ਜਿੱਥੇ ਇੱਕ ਬਾਬੇ ਬਹੁਤ ਜ਼ਰੂਰੀ ਹਿੱਸਾ ਬਣ ਚੁੱਕੇ ਆ ਸਿਆਸਤ ਦਾ, ਨਾਲ ਹੀ ਨਾਲ ਜਿਹੜੇ ਗੈਂਗਸਟਰ ਉਹ ਵੀ ਇੱਕ ਹਿੱਸਾ ਹੈਗੇ ਆ। ਮੈਂ ਤੁਸੀਂ ਇਹ ਦੇਖਣ ਨੂੰ ਦੇਖਿਓ ਕਿ ਸਾਡੇ ਇੱਕ ਲੱਖਾ ਸਧਾਣਾ ਗੈਂਗਸਟਰ ਟਰਨਡ ਪੋਲੀਟੀਸ਼ੀਅਨ, ਇੱਕ ਬਾਬੇ ਟਰਨਡ ਪੋਲੀਟੀਸ਼ੀਅਨ, ਇਹ ਵੀ ਹੋ ਗਿਆ। ਯੋਗੀ ਆਦਿੱਤਿਆ ਨਾਥ ਜੀ ਯੋਗੀ ਹੈਗੇ ਆ, ਉਹ ਗੋਰਖਪੁਰ ਦੇ ਵਿੱਚ ਇੱਕ ਸੰਸਥਾ ਦੇ, ਜਿਹੜੀ ਧਾਰਮਿਕ ਸੰਸਥਾ ਆ, ਉਹ ਬੜਾ ਪਰਉਪਕਾਰ ਵੀ ਕਰਦੀ ਹੈ, ਉਹਨਾਂ ਨੇ ਹਸਪਤਾਲ ਵੀ ਖੋਲ੍ਹੇ ਆ, ਹੋਰ ਵੀ ਖੋਲ੍ਹੇ ਆ। ਪਰ ਉਦੋਂ ਬਾਅਦ ਹੌਲੀ ਹੌਲੀ ਉਹ ਦੇਖੋ ਪੋਲੀਟਿਕਸ ਵਿੱਚ ਵੀ ਆ, ਉਹ ਚੀਫ ਮਿਨਿਸਟਰ ਵੀ ਹੈਗੇ ਆ ਔਰ ਬੜੇ ਪਾਵਰਫੁਲ ਚੀਫ ਮਿਨਿਸਟਰ ਆ। ਇਹ ਜਦ ਤੱਕ ਸਾਰੇ, ਅੱਛਾ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈ, 40-43% ਜਿਹੜੇ ਡੈਟੇ ਆ ਉਹਨਾਂ ਦੇ ਆਪਣੇ ਜਿਹੜੇ ਐਫੀਡੈਵਿਟ ਦੇਣ ਦੇ ਮੁਤਾਬਕ, ਉਹ ਉੱਥੇ ਪਾਰਲੀਮੈਂਟ ਦੇ ਵਿੱਚ ਮੈਂਬਰ ਸਾਹਿਬਾਨ ਹੈਗੇ ਆ ਤੇ ਕੈਬਨਿਟ ਦੇ ਵਿੱਚ ਵੀ ਹੈਗੇ, ਉਹਨਾਂ ਦੇ ਉੱਤੇ ਉਹ ਕ੍ਰਿਮੀਨਲ ਕੇਸਿਸ ਹੈਗੇ। ਇਹ ਜਿਹੜਾ ਕ੍ਰਾਈਮ ਦਾ, ਬਾਬਿਆਂ ਦਾ, ਕਾਰਪੋਰੇਟਾਂ ਦਾ ਔਰ ਪੋਲੀਟੀਸ਼ੀਅਨ ਦਾ ਲਿੰਕ ਆ, ਜੇ ਅਸੀਂ ਨੂੰ ਬਰੀਕੀ ਨਾਲ ਤੇ ਇਹਦੀ ਸ਼ਕਤੀ ਨੂੰ ਨਹੀਂ ਸਮਝਾਂਗੇ, ਔਰ ਇਹ ਆਪਸ ਵਿੱਚ ਕਿਵੇਂ ਇੱਕ ਦੂਜੇ ਨਾਲ ਇੰਟਰਚੇਂਜ ਹੁੰਦੇ ਰਹਿੰਦੇ ਆ, ਕੋਈ ਦੂਜੀ ਪੋਜੀਸ਼ਨ ਲੈ ਲੈਂਦਾ ਕੋਈ, ਬਈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਹਮ ਤੋ ਫਕੀਰ ਬਣ ਜਾਏਗੇ ਤੇ ਉਹ ਆਪਣਾ ਝੋਲਾ ਲਏਗੇ, ਤੇ ਉਹ ਫਿਰ ਉਹ ਬਾਬੇ ਵੀ ਬਣ ਸਕਦੇ ਆ ਬਾਅਦ ਵਿੱਚ ਪੋਲੀਟੀਸ਼ੀਅਨ, ਤੋਂ ਉਲਟਾ ਵੀ ਹੋ ਸਕਦਾ। ਇਸ ਕਿਸਮ ਦਾ ਇੱਕ ਬੜਾ ਪਾਵਰਫੁਲ ਲਿੰਕ ਹੈ। ਦੂਜਾ ਪੁਆਇੰਟ ਤੁਹਾਡਾ ਬੜਾ ਇੰਪੋਰਟੈਂਟ ਆ ਪੰਜਾਬ ਦੇ ਸੰਬੰਧ ਵਿੱਚ, ਭਾਈ ਰਾਜੋਵਾਣਾ ਹੈ, ਉਹ ਸਿੱਧਾ ਉਹਨੇ ਕੋਈ ਹਿੱਸਾ ਨਹੀਂ ਲਿਆ, ਠੀਕ ਹੈ, ਪ੍ਰੂਵ ਹੋ ਗਿਆ ਕਿ ਉਹ ਵੀ ਇੱਕ ਸੈਕਿੰਡ ਹੈਂਡ ਕਮਾਂਡ ਸੀਗਾ, ਜੇ ਦਿਲਾਵਰ ਸਿੰਘ ਨਹੀਂ ਆਪਣਾ ਐਕਸ਼ਨ ਕਰ ਪਾਉਂਦਾ ਤੇ ਉਹਨੇ ਕਰਨਾ ਸੀਗਾ, ਹੋ ਗਈ ਗੱਲ। 30-39 ਸਾਲ ਹੋ ਗਏ ਆ, ਤੇ ਇੱਕ ਪਾਸੇ ਬਿਲਕੀ ਜ਼ਬਾਨੋ ਦਾ ਜਿਹੜਾ 7 ਬੰਦਿਆਂ ਦਾ ਮਰਡਰ ਤੇ ਜਿਸ ਕਿਸਮ ਦੇ ਕ੍ਰਾਈਮ ਸੀ, ਉਹਨਾਂ ਨੂੰ ਤੇ ਤੁਸੀਂ 11 ਸਾਲਾਂ ਬਾਅਦ ਛੱਡ ਦਿੰਦੇ ਆ, ਇਹਨਾਂ ਨੂੰ 30-30 ਸਾਲ। ਇਹ ਦੇਸ਼ ਦੇ ਵਿੱਚ ਲੋਕ ਦੇਖਣਗੇ ਨੀ, ਸਵਾਲ ਨਹੀਂ ਕਰਨਗੇ, ਉਹ ਪੁੱਛਣਗੇ ਨੀ, ਜਿਹੜੇ ਤੁਸੀਂ ਕਹਿੰਦੇ ਕਿ ਦੋਹਰੇ ਮਾਪਦੰਡ ਕਿਉਂ ਵਾ, ਘੱਟ ਗਿਣਤੀਆਂ ਪ੍ਰਤੀ ਇਸ ਤਰ੍ਹਾਂ ਹੋਣਾ ਕੇਂਦਰ ਵੱਲੋਂ, ਕੇਂਦਰ ਇੱਕ ਵੱਡੇ ਭਰਾ ਤੌਰ ਤੇ ਘੱਟ ਗਿਣਤੀਆਂ ਲੈਂਦੀਆਂ, ਨਹੀਂ ਤੇ ਤੁਸੀਂ ਦੇਖੋ ਜੇ ਅਸੀਂ ਲਗਾਤਾਰ ਇੰਜ ਕਰਾਂਗੇ ਨਾ, ਫਿਰ ਇੱਕ ਦਿਨ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਸਮਾਜ ਅੰਦਰ, ਧਰਾਤਲ ਤੇ ਇੰਨੀ ਗਰਮੀ ਹੋ ਜਾਂਦੀ ਆ ਕਿ ਲਾਵੇ ਵਾਂਗੂ ਸਾਂਭੀ ਨਹੀਂ ਜਾਂਦੀ। ਬੰਗਲਾਦੇਸ਼ ਦੇ ਵਿੱਚ ਇੰਨਾ ਵਿਸਫੋਟ ਹੋਣ ਦਾ ਕਾਰਨ ਹੀ ਇੱਕ ਇਹ ਆ ਕਿ ਨਾਲੋ ਨਾਲ ਜੇ ਤੁਸੀਂ ਸੇਫਟੀ ਵਾਲਵ ਨਹੀਂ ਰੱਖੋਗੇ, ਲੋਕਾਂ ਨੂੰ ਭਰੋਸੇ 'ਚ ਲੈ ਕੇ ਨਹੀਂ ਰੱਖੋਗੇ, ਲਗਾਤਾਰ ਦਰਕਿਨਾਰ ਕਰੋਗੇ, ਸੱਤਾ ਆਪਣੇ ਹੀ ਮਤਲਬ ਇੱਕ ਆਈਵਰੀ ਟਾਵਰ ਵਿੱਚ ਬੈਠ ਕੇ ਆਪਣਾ ਰਾਜ ਕਰਨ ਦੀ ਕੋਸ਼ਿਸ਼ ਕਰਨਗੇ, ਲੋਕਾਂ ਨਾਲ ਲਿੰਕ ਤੋੜ ਲੈਣਗੇ, ਤਾਂ ਉਹ ਸਾਡੇ ਦੇਸ਼ ਦੀ ਸਟੇਬਿਲਿਟੀ ਲਈ, ਇਹਦੀ ਸਥਿਰਤਾ ਲਈ ਇੱਕ ਬਹੁਤ ਵੱਡੀ ਚੁਣੌਤੀ ਆਪਣੇ ਆਪ 'ਚ ਬਣ ਸਕਦਾ। ਇਸ ਕਰਕੇ ਮੈਨੂੰ ਲੱਗਦਾ ਸਾਡੇ ਪੋਲੀਟੀਸ਼ੀਅਨਾਂ ਨੂੰ, ਅੱਛਾ ਪ੍ਰੋਫੈਸਰ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਪੈਰੋਲ ਮਿਲਣ ਦੇ, ਫਰਲੋ ਮਿਲਣ ਦੇ ਕੀ ਕਾਰਨ ਹੋ ਸਕਦੇ ਨੇ? ਕਿਉਂਕਿ ਵਿਸ਼ੇਸ਼ ਤੌਰ ਤੇ ਮਾਣਯੋਗ ਜੇਕਰ ਅਦਾਲਤ ਦੀ ਆਪਾਂ ਗੱਲਬਾਤ ਕਰੀਏ ਤਾਂ ਉਹਨਾਂ ਨੇ ਦਲੀਲਾਂ ਤਕਰੀਰਾਂ ਤੋਂ ਬਾਅਦ ਟੈਕਨੀਕਲੀ ਪੱਖ ਸੁਣਨ ਤੋਂ ਬਾਅਦ ਹੀ ਉਸ ਹਿਸਾਬ ਨਾਲ ਆਪਣਾ ਫੈਸਲਾ ਸੁਣਾਉਣਾ, ਲੇਕਿਨ ਸਥਾਨਕ ਸਰਕਾਰਾਂ ਦਾ ਬੜਾ ਜਿਹੜਾ ਕੰਟਰੀਬਿਊਸ਼ਨ ਰਹਿੰਦਾ, ਭਾਵੇਂ ਉਹ ਪੰਜਾਬ, ਹਰਿਆਣਾ ਜਾਂ ਕੋਈ ਵੀ ਸਟੇਟ ਹੋਵੇ, ਤਾਂ ਕੀ ਲੱਗਦਾ ਤੁਹਾਨੂੰ ਜੇਕਰ ਇਸ ਹਿਸਾਬ ਦੇ ਨਾਲ, ਜੇਕਰ ਸਿਆਸੀ ਸ਼ਹਿ ਦਾ ਜਿਹੜਾ ਜ਼ਿਕਰ ਕਰ ਰਹੀ ਹੈ SCPC, ਇਸ ਹਿਸਾਬ ਨਾਲ ਨਜ਼ਦੀਕ ਇਲੈਕਸ਼ਨ ਹੋਣ ਦੇ ਬਾਵਜੂਦ ਐਵੇਂ ਪੈਰੋਲਾਂ ਮਿਲਣਗੀਆਂ, ਫਰਲਵਾਂ ਮਿਲਣਗੀਆਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੰਪੈਕਟ ਕਿੰਨਾ ਕੁ ਪੈ ਸਕਦਾ ਹੈ? ਹਾਲਾਂਕਿ ਇਨਡਾਇਰੈਕਟਲੀ ਵੇ ਨਾਲ ਗੁਰਚਰਨ ਸਿੰਘ ਗਰੇਵਾਲ ਨੇ ਇਸਦਾ ਸਪਸ਼ਟ ਤੌਰ 'ਤੇ ਜਵਾਬ ਜ਼ਰੂਰ ਦੇ ਦਿੱਤਾ। ਨਹੀਂ, ਇਹ ਤੇ ਸਾਫ ਹੈਗਾ, ਇਹ 'ਚ ਕੋਈ ਬਹੁਤੀ ਗੱਲ ਲੱਭਣ ਪਾਉਣ ਨੂੰ ਹੈ ਨਹੀਂ ਹੈ। BJP ਦੇ ਇਲੈਕਸ਼ਨਾਂ ਸਿਰ 'ਤੇ ਆਈਆਂ, ਤੁਸੀਂ ਦੇਖੋ ਰੋਜ਼ ਬੜੇ ਬੜੇ ਐਲਾਨ ਹੋ ਰਹੇ ਆ, ਅੱਜ ਬੇਰੁਜ਼ਗਾਰੀ ਭੱਤਿਆਂ ਦਾ ਐਲਾਨ ਇੰਨਾ ਵਧਾ ਦਿਆਂਗੇ, ਕੱਲ ਪੈਨਸ਼ਨਰਾਂ ਦਾ ਸੀ, ਉਦੋਂ ਪਹਿਲਾਂ ਕਿਸਾਨਾਂ ਦਾ ਸੀ, 23 ਦੀਆਂ 23 ਫਸਲਾਂ ਅਸੀਂ ਖਰੀਦਾਂਗੇ। ਉਹਨਾਂ ਲਈ ਬੜੀ ਵੱਡੀ ਇਸ ਵੇਲੇ ਚੁਣੌਤੀ ਆ ਸੱਤਾ ਦੇ ਵਿੱਚ ਆਉਣਾ, ਔਰ ਦਿੱਲੀ ਦੇ ਨਾਲ ਬਾਰਡਰ ਲੱਗਦਾ, ਉਹ ਨਹੀਂ ਚਾਹੁੰਦੇ ਕਿ
ਪੰਜਾਬ ਦੇ ਨਾਲ ਹੀ ਇੱਥੇ ਵਿਰੋਧੀ ਪਾਰਟੀ ਇੱਕ ਹੋਰ, ਉਧਰ ਹਿਮਾਚਲ ਦੇ ਵਿੱਚ ਕਾਂਗਰਸ, ਇੱਥੇ ਕਾਂਗਰਸ ਆ ਜਾਏ ਜਾਂ ਕੋਈ ਇਹੋ ਜਿਹਾ ਰਾਜ ਆ ਜਾਏ। ਇਸ ਲਈ ਉੱਥੇ ਹਰ ਹੀਲੇ ਵਸੀਲੇ ਦੇ ਨਾਲ ਇਹ ਬਾਬਾ ਦਾ ਇੱਕ ਬਹੁਤ ਵੱਡੀ ਅਹਿਮੀਅਤ ਆ। ਸਰਸੇ ਦਾ ਡੇਰਾ ਤੇ ਹੈ ਹੀ ਹਰਿਆਣੇ ਦੇ ਵਿੱਚ ਆ, ਤੁਸੀਂ ਗਏ ਹੋਣੇ ਆ, ਦੇਖਿਆ ਹੋਣਾ ਸਾਰਾ ਕੁਝ ਜਿਸ ਤਰੀਕੇ ਨਾਲ, ਮੈਂ ਤੇ ਜਾ ਕੇ ਸਾਰਾ ਦੇਖਿਆ। ਠੀਕ ਹੈ ਪ੍ਰੋਫੈਸਰ ਸਾਹਿਬ ਬਣੇ ਰਹੋ ਸਾਡੇ ਨਾਲ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਵੀ ਜੁੜ ਚੁੱਕੇ ਨੇ। ਖੜਿਆਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮੀਡੀਆ ਤੇ। ਜਿਹੜੀਆਂ ਫਰਲਵਾ ਮਿਲ ਰਹੀਆਂ ਨੇ, ਜਿਹੜੀਆਂ ਪੈਰੋਲਾਂ ਮਿਲ ਰਹੀਆਂ ਨੇ ਗੁਰਬੀਤ ਰਾਮ ਰਹੀਮ ਨੂੰ, ਕਾਂਗਰਸ ਨੂੰ ਕੀ ਲੱਗਦਾ? ਕਿਉਂਕਿ SCPC ਨੇ ਤਾਂ ਹੁਣ ਸਿਆਸਤ ਦੇ ਨਾਲ ਜੋੜ ਜ਼ਰੂਰ ਦਿੱਤਾ ਹੈ, ਭਾਵੇਂ ਕਿ ਇਸ ਦੇ ਅਸਲੀਅਤ ਦੇ ਵਿੱਚ ਮਾਇਨੇ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਵੀ ਦੇਖੇ ਜਾ ਸਕਦੇ ਨੇ, ਤੁਹਾਨੂੰ ਕੀ ਲੱਗਦਾ? ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਪਹਿਲਾਂ ਤਾਂ ਆਪਾਂ ਸਮਝ ਲਈਏ ਵੀ ਇਹ ਸਿਸਟਮ ਚੱਲਦਾ ਕਿਵੇਂ ਪੈਰੋਲ ਦਾ। ਦੇਖੋ ਜਦੋਂ ਇੱਕ ਵਿਅਕਤੀ ਸਟੇਟ ਪ੍ਰਿਜ਼ਨ ਦੇ ਵਿੱਚ, ਸਟੇਟ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਸਟੇਟ ਸਰਕਾਰ ਕੋਲੇ ਪਾਵਰ ਹੈ ਪੈਰੋਲ ਦੇਣ ਦੀ। ਜਦੋਂ ਸੈਂਟਰਲ ਪ੍ਰਿਜ਼ਨ ਦੇ ਵਿੱਚ ਬੰਦ ਹੈ, ਜੇਲ੍ਹ ਦੇ ਵਿੱਚ ਬੰਦ ਹੈ, ਉਦੋਂ ਸੈਂਟਰ ਕੋਲੇ ਪਾਵਰ ਹੈ, ਨਾਲੇ ਸੁਪਰਿਟੈਂਡੈਂਟ ਆਫ ਜੇਲ੍ਹ ਵੀ ਪੈਰੋਲ ਦੇ ਸਕਦਾ ਹੈ ਤੇ ਹਾਈ ਕੋਰਟ ਵੀ ਦੇ ਸਕਦੀ ਹੈ, ਸੈਸ਼ਨ ਕੋਰਟ ਵੀ ਦੇ ਸਕਦੀ ਹੈ। ਆਪਾਂ ਸਮਝ ਲਈਏ ਹੁਣ ਕੁਛ ਫੈਕਟਰਸ ਨੇ ਜਿਹੜੇ ਕੰਸਿਡਰ ਕਰਨੇ ਪੈਂਦੇ ਨੇ ਜਦੋਂ ਤੁਸੀਂ ਪੈਰੋਲ ਦੇਣੀ ਹੈ। ਉਹ ਫੈਕਟਰਸ ਨੇ ਚੰਗਾ ਵਿਵਹਾਰ, ਲੰਬਾ ਸੈਂਟੈਂਸ ਹੋ ਗਿਆ ਹੋਵੇ ਸਰਵ ਕਰਦੇ ਪ੍ਰਿਜ਼ਨਰ ਨੂੰ, ਕਨਵਿਕਟ ਨੂੰ, ਓਫੈਂਸ ਕੀ ਹੈ ਨੇਚਰ ਦਾ, ਓਫੈਂਸ ਦਾ ਨੇਚਰ ਕੀ ਹੈ, ਰੀਹੈਬਿਲੀਟੇਸ਼ਨ ਪ੍ਰੋਸਪੈਕਟ ਕੀ ਹੈ, ਫੈਮਿਲੀ ਐਂਡ ਸੋਸ਼ਲ ਟਾਈਸ, ਇਹ ਕੁਛ ਫੈਕਟਰਸ ਨੇ ਜਿਹੜੇ ਕੰਸਿਡਰ ਕੀਤੇ ਜਾਂਦੇ ਹੈ ਜੇ ਕਿਸੇ ਨੂੰ ਪੈਰੋਲ ਦੇਣੀ ਹੈ ਕਿ ਉਹ ਆਹ ਚੀਜ਼ਾਂ 'ਚ ਫਾਲ ਕਰ ਰਿਹਾ, ਇਹ ਚੀਜ਼ਾਂ ਹੈਗੀਆਂ ਕਿ ਨਹੀਂ ਹੈ। ਫਿਰ ਉਹ ਤੋਂ ਬਾਅਦ ਕਾਰਨ ਦੇਖਣਾ ਪੈਂਦਾ ਹੈ ਵੀ ਕੀ ਆਹ ਕਾਰਨ ਸਫੀਸ਼ੀਐਂਟ ਹੈ ਕਿ ਬੰਦੇ ਨੂੰ ਪੈਰੋਲ ਦਿੱਤੀ ਜਾਵੇ। ਉਹ ਕਾਰਨ ਹੈ ਜਾਂ ਤਾਂ ਮੈਡੀਕਲ ਟ੍ਰੀਟਮੈਂਟ ਚਾਹੀਦਾ ਹੋਵੇ, ਬੰਦੇ ਨੂੰ ਫੇਰ ਪੈਰੋਲ ਮਿਲ ਸਕਦੀ ਹੈ। ਜੇ ਬੰਦੇ ਨੂੰ ਫੈਮਿਲੀ ਐਮਰਜੈਂਸੀ ਹੈ, ਫੇਰ ਪੈਰੋਲ ਮਿਲ ਸਕਦੀ ਹੈ। ਜੇ ਐਜੂਕੇਸ਼ਨ ਹੈ, ਇੰਪਲੋਇਮੈਂਟ ਅਪੋਰਚੁਨਿਟੀ ਹੈ, ਜਾਂ ਫਿਰ ਰੀਹੈਬਿਲੀਟੇਸ਼ਨ ਪ੍ਰੋਗਰਾਮ ਹੈ ਕੋਈ। ਹੁਣ ਮੇਰਾ ਬੀਜੇਪੀ ਦੀ ਸਰਕਾਰ ਨੂੰ ਇਹ ਸਵਾਲ ਹੈ ਵੀ ਸਾਨੂੰ ਫੈਕਟਰ ਦੱਸੋ ਕਿਹੜੇ ਕੰਸਿਡਰ ਹੋਏ, ਕਿ ਕਿਹੜਾ ਚੰਗਾ ਵਿਵਹਾਰ ਕੰਸਿਡਰ ਹੋਇਆ, ਨੇਚਰ ਆਫ ਓਫੈਂਸ ਕੰਸਿਡਰ ਹੋਇਆ, ਕਿਹੜੀ ਚੀਜ਼ ਤੁਸੀਂ ਕੰਸਿਡਰ ਕੀਤੀ ਜਿਹਦੇ ਬੇਸਿਸ ਤੇ ਪੈਰੋਲ ਦਿੱਤੀ ਗਈ, ਤੇ ਕੀ ਕਾਰਨ ਸੀਗਾ ਜਿਹਨੂੰ ਕੰਸਿਡਰ ਕੀਤਾ ਗਿਆ, ਜਿਹੜੇ ਮੈਂ ਕਾਰਨ ਦੱਸਿਆ, ਮੈਡੀਕਲ ਟ੍ਰੀਟਮੈਂਟ, ਫੈਮਿਲੀ ਐਮਰਜੈਂਸੀ ਐਟਸੈਟਰਾ, ਇਹ ਦੋ ਚੀਜ਼ਾਂ ਜ਼ਰੂਰ ਪੁੱਛੋ ਇਹਨਾਂ ਤੋਂ। ਤੇ ਤੀਜਾ ਜਿਹੜਾ ਸਵਾਲ ਹੈ ਕਿ ਬੀਜੇਪੀ ਸਰਕਾਰ, ਇੱਕ ਉਦਾਹਰਨ ਦੇ ਦੇ, ਇੱਕ ਵਿਅਕਤੀ ਹਿੰਦੁਸਤਾਨ ਦੇ ਵਿੱਚ ਜਿਹਨੂੰ ਮੈਂ ਕਹਿੰਦਾ ਇੰਨੀਆਂ ਪੈਰੋਲਸ ਨਹੀਂ ਜਿੰਨੀਆਂ ਰਾਮ ਰਹੀਮ ਨੂੰ ਮਿਲੀਆਂ, ਉਹਦਾ ਅੱਧਾ, ਉਹਦਾ 50% ਕਿਸੇ ਨੂੰ ਪੈਰੋਲ ਮਿਲੀ ਹੋਵੇ, 50 ਵੀ ਛੱਡੋ, 10% ਕਿਸੇ ਨੂੰ ਪੈਰੋਲ ਮਿਲੀ ਹੋਵੇ, ਤੇ ਇਹ ਕਹਿਣ ਲਈ ਇੱਥੇ ਉਹ ਤੇ ਚਾਨਣਾ ਪਾਉਣ, ਇਹਨਾਂ ਤੋਂ ਕਹਿਣ ਲਈ ਸਵਾਲ ਲੈ। ਠੀਕ ਹੈ ਖੜਿਆਲ ਸਾਹਿਬ। ਸੋ ਬਾਕੀ ਜਿਹੜੇ ਸਖਸ਼ ਸਾਡੇ ਨਾਲ ਮਹਿਮਾਨ ਨੇ ਜਿਹੜੇ ਜੁੜੇ ਹੋਏ ਨੇ, ਉਹਨਾਂ ਤੋਂ ਸਾਰੇ ਜਿਹੜੇ ਨੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਲੇਕਿਨ ਕਿਤੇ ਨਹੀਂ ਜਾਣਾ, ਇੱਕ ਛੋਟੇ ਜਿਹੇ ਆਪਾਂ ਨੂੰ ਵਕਫੇ ਦੇ ਲਈ ਰੁਕਣਾ ਪੈਣਾ, ਉਸ ਤੋਂ ਬਾਅਦ ਆਪਣੀ ਜਿਹੜੀ ਡਿਬੇਟ ਹੈ ਇਸ ਹਿਸਾਬ ਨਾਲ ਜਾਰੀ ਰਹੇਗੀ। ਛੋਟੇ ਜਿਹੇ ਵਕਫੇ ਦੇ ਲਈ ਰੁਕਦੇ ਹਾਂ। ਤਾਂ ਮੁੜ ਤੋਂ ਸਭ ਦਾ ਸਵਾਗਤ ਹੈ। ਫਰਲੋ ਸਿਆਸਤ ਤੇ ਸਵਾਲ ਲਗਾਤਾਰ ਕੀਤੇ ਜਾ ਰਹੇ ਨੇ, ਆਖਿਰ ਗੁਰਮੀਤ ਰਾਮ ਰਹੀਮ ਨੂੰ ਇੰਨੀ ਵਾਰ ਫਰਲੋ ਤੇ ਪੈਰੋਲਾਂ
ਕਿਸ ਤਰਕ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ, ਕਿਸ ਟੈਕਨੀਕਲੀ ਪੱਖ ਨਾਲ ਦਿੱਤੀਆਂ ਜਾ ਰਹੀਆਂ ਨੇ, ਇਹ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਜਿਹੜਾ ਹੈ ਅੱਜ ਦੇ ਟਾਈਮ ਦੇ ਵਿੱਚ ਹਰੇਕ ਕੋਈ ਕਰਦਾ ਹੋਇਆ ਨਜ਼ਰ ਆ ਰਿਹਾ। ਭਾਵੇਂ ਕਿ ਮਾਣਯੋਗ ਅਦਾਲਤ ਨੇ ਕਾਫੀ ਦਲੀਲਾਂ ਤਕਰੀਰਾਂ ਸੁਣਨ ਤੋਂ ਬਾਅਦ ਫੈਸਲਾ ਜਿਹੜਾ ਸੁਰੱਖਿਅਤ ਰੱਖਿਆ, ਤਾਂ ਉਸ ਤੋਂ ਬਾਅਦ ਅੱਜ ਜਿਹੜੀ ਆ ਚੀਜ਼ ਸਾਹਮਣੇ ਆਈ ਕਿ 21 ਦਿਨਾਂ ਦੀ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲ ਚੁੱਕੀ ਹੈ। ਤਾਂ ਅਰਸ਼ਦੀਪ ਖੜਿਆਲ ਜੀ ਨੇ ਇੱਕ ਸਵਾਲ ਕੀਤਾ ਸੀ, ਮੈਂ ਜੋਸ਼ੀ ਜੀ ਦਾ ਰੁੱਖ ਕਰੂੰਗਾ। ਜੋਸ਼ੀ, ਸਪਸ਼ਟ ਤੌਰ 'ਤੇ ਖੜਿਆਲ ਸਾਹਿਬ ਕਹਿੰਦੇ ਨੇ ਕਿ ਕਿਹੜਾ ਟੈਕਨੀਕਲੀ ਪੱਖ ਜਿਸ ਦੇ ਤਹਿਤ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ, ਫਰਲੋਆਂ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਤੁਹਾਨੂੰ ਸਵਾਲ ਇਸ ਗੱਲ ਕਰਕੇ ਕੀਤਾ ਜਾ ਰਿਹਾ, ਭਾਵੇਂ ਕਿ ਤੁਸੀਂ ਪਹਿਲਾਂ ਕਲੀਅਰ ਕਰਤੀ ਗੱਲ ਕਿ ਹਰਿਆਣਾ ਅਤੇ ਪੰਜਾਬ ਦਾ ਆਪਣਾ ਆਪਣਾ ਅਲੱਗ ਅਲੱਗ ਜਿਹੜੀਆਂ ਸਟੇਟਮੈਂਟਾਂ ਨੇ, ਲੇਕਿਨ ਟੈਕਨੀਕਲੀ ਪੱਖ ਕੀ ਤੁਹਾਨੂੰ ਪਤਾ ਕਿ ਕਿਸ ਦੇ ਆਧਾਰ 'ਤੇ ਜਿਹੜੀਆਂ ਨੇ ਫਰਲੋਆਂ ਮਿਲ ਰਹੀਆਂ ਨੇ ਰਾਮ ਰਹੀਮ ਨੂੰ? ਦੇਖੋ, ਟੈਕਨੀਕਲ ਆਧਾਰ 'ਤੇ ਸਾਰਾ ਦੱਸ ਹੀ ਦਿੱਤਾ ਵੀ ਕਿਹੜੇ ਕਿਹੜੇ ਬੈਕਗਰਾਉਂਡ ਹੁੰਦੇ ਨੇ ਜਿਹਦੇ ਆਧਾਰ ਦੇ ਉੱਤੇ ਇਹ ਪੈਰੋਲ ਮਿਲਦੀ ਆ। ਠੀਕ ਆ, ਅੱਜ ਮੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਵੈਸਾ ਵੀ ਇੱਥੇ ਹੈਗੇ ਨੇ। ਮੈਂ ਇੱਥੇ ਇੱਕ ਮਾੜਾ ਜਿਹਾ ਵੀ ਸਵਾਲ ਕਰਨਾ ਚਾਹੁੰਦਾ ਵਾਂ, ਬਿਲਕੁਲ ਨਿਰਪੱਖ ਹੋ ਕੇ ਕਰਨਾ ਚਾਹੁੰਦਾ ਕਿ ਕਰਨਾਟਕ ਸਰਕਾਰ ਕਾਂਗਰਸ ਦੀ ਆ, ਦਿੱਲੀ ਸਰਕਾਰ ਕਾਂਗਰਸ ਤੇ ਆਮ ਆਦਮੀ ਪਾਰਟੀ, ਕਿਉਂਕਿ ਕਾਂਗਰਸ ਦੀ ਭਾਈਵਾਲ ਸਰਕਾਰ ਆ, ਇਹਨਾਂ ਇਕੱਠਿਆਂ ਇਲੈਕਸ਼ਨਾਂ ਲੜੀਆਂ। ਮੇਰਾ ਇੱਥੇ ਇੱਕ ਸਿੱਧਾ ਜਿਹਾ ਸਵਾਲ ਇਹ ਵੀ ਬਣਦਾ ਕਿ ਇਸ ਬੰਦੀ ਸਿੰਘਾਂ ਨੂੰ ਲੈ ਕੇ ਸਤਿਕਾਰਯੋਗ ਖੜਿਆਲ ਸਾਹਿਬ ਦਾ ਕੀ ਬਿਆਨ ਹੋਏਗਾ, ਕਿਉਂਕਿ ਬਾਰ ਬਾਰ ਜੇ ਮੰਗ ਕੀਤੀ ਜਾਂਦੀ ਆ, ਕਿਉਂਕਿ SCPC ਨੇ ਤਾਂ ਮੰਗ ਕਰਨੀ ਆ, ਉਹਦਾ ਕਾਰਨ ਇਹ ਆ ਕਿ ਉਹਨਾਂ ਦਾ ਇਹ ਫਰਜ਼ ਵੀ ਆ ਔਰ ਉਹ ਨੁਮਾਇੰਦਗੀ ਕਰਦੇ ਨੇ ਆਪਣੀ ਕੌਮ ਨੂੰ, ਲੇਕਿਨ ਉਹ ਇਸ ਗੱਲ ਦੇ ਉੱਤੇ ਵੀ ਨਹੀਂ ਆਉਣ ਡੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿੰਨੀ ਵਾਰੀ ਸਰਕਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਣਾ ਨੂੰ ਕਿਹਾ ਹੋਏਗਾ ਤੇ ਉਹਨਾਂ ਦਾ ਅੱਗੋਂ ਕੀ ਵਤੀਰਾ ਰਹੇਗਾ। ਹਰ ਸਵਾਲਾਂ ਦੇ ਜਵਾਬ ਸਾਰੇ ਬੰਦੇ ਲੈ ਕੇ ਬੈਠੇ ਆ, ਲੇਕਿਨ ਇੱਥੇ ਮੇਰਾ ਸਵਾਲ ਇੱਥੇ ਹੈਗਾ ਵਾ ਸਤਿਕਾਰਯੋਗ ਖੜਿਆਲ ਸਾਹਿਬ ਦੇ ਕੋਲ, ਖੜਿਆਲ ਸਾਹਿਬ ਤੁਹਾਨੂੰ ਵੀ ਪਤਾ ਪੈਰੋਲ ਕਿਹੜੀ ਚੀਜ਼ਾਂ ਕਰਕੇ ਮਿਲਦੀ ਆ ਔਰ ਉਹਦੇ ਬਾਰੇ ਕੁਛ ਤੁਸੀਂ ਜਾਣਕਾਰੀ ਦੇਤੀ ਆ, ਕੁਛ ਉਹ ਸਾਰੀਆਂ ਜਿਹੜੀਆਂ ਦਲੀਲਾਂ ਨੇ ਉਹ ਡਾਕੂਮੈਂਟੇਸ਼ਨ ਰੂਪ ਦੇ ਵਿੱਚ ਘੰਟੇ ਦੋ ਘੰਟੇ ਬਾਅਦ ਸਾਰਿਆਂ ਦੇ ਹੱਥਾਂ 'ਚ ਹੋਣੀਆਂ ਨੇ। ਮੇਰਾ ਇੱਥੇ ਸਵਾਲ ਇਹ ਬਣਦਾ ਪਿਆ ਕਿ ਤੁਸੀਂ ਕਰਨਾਟਕ ਦੇ ਵਿੱਚ ਸਰਕਾਰ ਚਲਾਉਂਦੇ ਪਏ ਹੋ, ਦਿੱਲੀ ਤੁਹਾਡੀ ਭਾਈਵਾਲ ਸਰਕਾਰ ਹੈਗੀ ਆ, ਇੱਥੇ ਵੀ ਸਾਡੇ ਬੰਦੀ ਸਿੰਘ ਬੈਠੇ ਹੋਏ ਨੇ, ਮੈਂ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਬਾਰੇ ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ ਤੁਹਾਡੇ ਕੀ ਵਿਚਾਰ ਨੇ, ਜਿਹੜਾ ਸਾਡੇ ਨਾਲ ਵੀ ਤੇ ਸਾਂਝੇ ਕਰੋ। ਪੈਰੋਲ ਕਿਸ ਵਿਭਾਗ ਤੇ ਮਿਲੀ ਹੈ, ਘੰਟੇ ਬਾਅਦ ਸਾਰੀ ਲੜ ਤੁਹਾਡੇ ਸਾਹਮਣੇ ਆਣੀ ਹੈ, ਗੁਰਚਰਨ ਸਿੰਘ ਗਰੇਵਾਲ ਨੇ ਇੱਕ ਸਵਾਲ ਕੀਤਾ, ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਬਾਰ ਬਾਰ ਪੈਰੋਲ ਤੇ ਫਰਲੋ ਮਿਲਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਭਾਰਤੀ ਜਨਤਾ ਪਾਰਟੀ ਦੇ ਤਮਾਮ ਜਿਹੜੇ ਪ੍ਰੋਗਰਾਮ ਨੇ, ਫੰਕਸ਼ਨਸ ਨੇ, ਉਹਨਾਂ ਦੇ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਸ਼ਿਰਕਤ ਕਰ ਰਿਹਾ, ਤੁਹਾਨੂੰ ਕੀ ਲੱਗਦਾ ਅਜਿਹਾ ਕਿਉਂ ਹੋ ਰਿਹਾ, ਕਿਉਂਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਮੇਰੇ ਵੱਡੇ ਵੀਰ ਨੇ ਗਰੇਵਾਲ ਸਾਹਿਬ, ਬੜਾ ਸਤਿਕਾਰ ਮੈਂ ਉਹਨਾਂ ਦਾ ਕਰਦਾ, ਉਹਨਾਂ ਨੇ ਇੱਕ ਰਾਜਨੀਤਿਕ ਬਿਆਨ ਜ਼ਰੂਰ ਦਿੱਤਾ, ਪਰ ਇਸ ਬਿਆਨ ਦੇ ਵਿੱਚ ਮੈਨੂੰ ਕੋਈ ਏਡੀ ਵਜ਼ਨਦਾਰ ਗੱਲ ਨਜ਼ਰ ਨਹੀਂ ਆਉਂਦੀ। ਹਾਂ, ਇੱਕ ਰਾਜਨੀਤਿਕ ਤੌਰ ਤੇ ਬਿਆਨ ਦੇ ਕੇ ਟਾਈਮ ਟਪਾਊ ਬਿਆਨ ਜ਼ਰੂਰ ਇਹ ਹੋ ਸਕਦਾ ਵਾ, ਲੇਕਿਨ ਏਦਾਂ ਦੀ ਗੱਲ ਮੈਨੂੰ ਨਹੀਂ ਲੱਗਦਾ ਕਿ ਏਦਾਂ ਦੀ ਗੱਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ। ਤੇ ਮੈਂ ਕੁਛ ਤੁਹਾਨੂੰ ਹੁਣੇ ਕਹਿ ਦਿੰਦਾ ਕਿ ਕਦੀ ਵੀ ਕੋਈ ਰਾਜਨੀਤਿਕ ਪਾਰਟੀ ਐਡੀ ਆਪਣੇ ਡਿੱਗ ਕੇ ਨਹੀਂ ਉਹਨਾਂ ਨੂੰ ਕਹਿਣਗੀ ਕਿ ਸਾਡੇ ਕੋਲ ਕਾਰਜਕਰਤਾ ਨੇ ਭਾਰਤੀ ਜਨਤਾ ਪਾਰਟੀ ਕੋਲ, ਸਾਡੇ ਕੋਲ ਆਪਣਾ ਕੈਡਰ ਹੈਗਾ ਵਾ, ਅਸੀਂ ਇਲੈਕਸ਼ਨਾਂ ਦੇ ਵਿੱਚ ਉੱਥੇ ਰਾਮ ਰਹੀਮ ਹੋਣਾ ਨੂੰ ਥੋੜੀ ਲੋਕਾਂ ਦੇ ਵਿੱਚ ਘੁਮਾਉਣਾ ਵਾ, ਸਾਡਾ ਕੈਡਰ ਉੱਥੇ ਕੰਮ ਕਰਦਾ ਪਿਆ ਵਾ, ਇਲੈਕਸ਼ਨ ਆ ਰਹੀ ਆ ਹਰਿਆਣੇ ਦੇ ਵਿੱਚ, ਸਾਡੇ ਕਾਰਜਕਰਤਾ ਲੋਕਾਂ ਜਾਣਗੇ, ਜਿਹੜੇ ਜਿਹੜੇ ਸਾਡੇ ਨੁਮਾਇੰਦੇ ਹੋਣਗੇ ਉਹ ਲੋਕਾਂ ਦੇ ਵਿੱਚ ਜਾਣਗੇ, ਅੰਦਾਜ਼ਾ ਤੁਸੀਂ ਲਾ ਸਕਦੇ ਹੋ, ਤੁਹਾਡਾ ਹੱਕ ਵਾ। ਮੈਂ ਕਿਸੇ ਦੀ ਸਟੇਟਮੈਂਟ ਦੇ ਉੱਤੇ ਤੇ ਕਿਸੇ ਦੇ ਅੰਦਾਜ਼ਿਆਂ ਦੇ ਉੱਤੇ ਮੈਂ ਕਾਬਜ਼ ਨਹੀਂ ਹੋ ਸਕਦਾ, ਲੇਕਿਨ ਮੈਨੂੰ ਲੱਗਦਾ ਕਿ ਮੈਨੂੰ ਇਸ ਗੱਲ ਦੇ ਵਿੱਚ ਕੋਈ ਬਹੁਤਾ ਦਮ ਨਜ਼ਰ ਨਹੀਂ ਆ ਰਿਹਾ।
ਬਾਕੀ ਜੀ ਉਹਨਾਂ ਨੇ ਬਿਆਨ ਦਿੱਤੀ ਆ ਤੇ ਉਹ ਜਨ ਉਹਨਾਂ ਨੇ ਕੀ ਸੋਚ ਦਿੱਤੀ ਆ, ਸਾਡਾ ਕੈਡਰ ਆ ਸਾਡੇ ਕੋਲ ਇਲੈਕਸ਼ਨ ਲੜਾਉਣ ਵਾਸਤੇ। ਠੀਕ ਹੈ ਇਸ ਤੇ ਆਪਾਂ ਡਿਸਕਸ਼ਨ ਜ਼ਰੂਰ ਕਰਦੇ ਆ, ਲੇਕਿਨ ਖੜਿਆਲ ਸਾਹਿਬ ਤੋਂ ਆਪਾਂ ਤੁਹਾਡੇ ਪੁਰਾਣੇ ਜਿਹੜੇ ਸਵਾਲ ਦਾ ਉਹ ਜਵਾਬ ਜ਼ਰੂਰ ਲੈ ਲੈਂਦੇ ਆ। ਖੜਿਆਲ ਸਾਹਿਬ ਕਰਨਾਟਕਾ ਦਾ ਜ਼ਿਕਰ ਕੀਤਾ ਜੋਸ਼ੀ ਸਾਹਿਬ ਨੇ, ਦਿੱਲੀ ਦਾ ਜ਼ਿਕਰ ਕੀਤਾ ਕਿਉਂਕਿ ਉੱਥੇ ਵੀ ਸਾਂਝੇ ਤੌਰ 'ਤੇ ਜਿਹੜੀ ਹੈ ਤੁਹਾਡੀ ਭਾਈਵਾਲੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਬਤੀਸ਼ ਸਿੰਘਾਂ ਦੀ ਰਿਹਾਈ ਵੱਖ ਵੱਖ ਥਾਵਾਂ 'ਤੇ, ਇਕੱਲੇ ਇੱਕ ਸਟੇਟ ਦਾ ਮੈਟਰ ਨਹੀਂ ਹੈ ਇਹ, ਵੱਖ ਵੱਖ ਸਟੇਟਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਨੇ ਬਤੀਸ਼ ਸਿੰਘ ਜਿਹਨਾਂ ਨੂੰ ਰਿਹਾਈ ਦੀ ਮੰਗ ਕੀਤੀ ਜਾ ਰਹੀ? ਦੇਖੋ ਇੱਥੇ ਪਹਿਲੀ ਗੱਲ ਤਾਂ ਮੈਨੂੰ ਬੜਾ ਅਫਸੋਸ ਹੋਇਆ ਕਿ ਜੋਸ਼ੀ ਸਾਹਿਬ ਨੂੰ ਜਦੋਂ ਤੁਸੀਂ ਸਵਾਲ ਕੀਤਾ ਮੇਰਾ ਤੇ ਜੋਸ਼ੀ ਸਾਹਿਬ ਨੇ ਉਹਦਾ ਜਵਾਬ ਤਾਂ ਕੀ ਦੇਣਾ ਸੀਗਾ, ਉਹਨਾਂ ਨੇ ਮੂਹਰੋਂ ਇੱਕ ਹੋਰ ਸਵਾਲ ਕਰਤਾ। ਮਤਲਬ ਲੋਕਤੰਤਰ ਦੇ ਵਿੱਚ ਸਰਕਾਰ ਸਵਾਲ ਦਾ ਜਵਾਬ ਨਹੀਂ ਦਊਗੀ, ਆਪੋਜੀਸ਼ਨ ਨੂੰ ਸਵਾਲ ਕਰੂਗੀ। ਪਹਿਲੀ ਗੱਲ ਤਾਂ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਇਹ ਚੀਜ਼ ਕਰਕੇ, ਵੀ ਫਿਰ ਸੈਂਟਰ ਸਰਕਾਰ ਉਹਦਾ ਫਾਇਦਾ ਕਿ ਜੇ ਤੁਸੀਂ ਜਵਾਬ ਹੀ ਨਹੀਂ ਦੇਣਾ। ਫਿਰ ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ, ਮੈਂ ਜੋਸ਼ੀ ਸਾਹਿਬ ਨੂੰ ਯਾਦ ਕਰਾਊਂਗਾ ਅਮਿਤ ਸ਼ਾਹ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਕੀ ਕਿਹਾ ਸੀਗਾ। ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਵੀ ਬੰਦੀ ਸਿੰਘਾਂ ਦੀ ਮਰਸੀ ਪਟੀਸ਼ਨ ਤਾਂ ਨਹੀਂ ਕੰਸਿਡਰ ਹੋ ਸਕਦੀ, ਅਮਿਤ ਸ਼ਾਹ ਸਾਹਿਬ ਨੇ ਕਿਹਾ, ਕਿਉਂਕਿ ਥਰਡ ਪਰਸਨ ਦੇ ਰਾਹੀਂ ਇਹ ਮਰਸੀ ਪਟੀਸ਼ਨ ਲਈ ਗਈ ਹੈ। ਫਿਰ ਅਮਿਤ ਸ਼ਾਹ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਨੂੰ ਅਫਸੋਸ ਨਹੀਂ ਹੈਗਾ, ਜਿਨ੍ਹਾਂ ਨੂੰ ਰਿਪੈਂਟੈਂਸ ਨਹੀਂ ਹੈਗੀ, ਅਸੀਂ ਉਹਨਾਂ ਦੀ ਮਰਸੀ ਪਟੀਸ਼ਨ ਨਹੀਂ ਕੰਸਿਡਰ ਕਰ ਸਕਦੇ। ਤੇ ਹੁਣ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ ਵੀ ਤੁਹਾਡਾ ਜਿਹੜਾ ਪੰਜਾਬ ਬੀਜੇਪੀ ਦਾ ਇਹਨਾਂ ਦਾ ਯੂਨਿਟ ਹੈ ਉਹਦਾ ਇਸ ਮੁੱਦੇ ਤੇ ਕੀ ਸਟੈਂਡ ਹੈ। ਅਮਿਤ ਸ਼ਾਹ ਸਾਹਿਬ ਨੇ ਸਹੀ ਕਿਹਾ ਕਿ ਗਲਤ ਕਿਹਾ ਨੂੰ ਪੁੱਛੋ ਇਹਨਾਂ ਤੋਂ। ਜੋਸ਼ੀ ਸਾਹਿਬ ਉਹਨਾਂ ਨੇ ਗੱਲ ਕੀਤੀ ਆ, ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਉਹਨਾਂ ਤੱਥਾਂ ਦੇ ਆਧਾਰ ਤੇ ਕੀਤੀ ਆ ਜਿਹੜੇ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਜਾਂਦੀ ਆ। ਅਸੀਂ ਉਸ ਗੱਲ ਤੋਂ ਮੁਨਕਰ ਨਹੀਂ ਹੁੰਦੇ, ਅਸੀਂ ਆਪਣੇ ਲੀਡਰ ਦੇ ਕਹੇ ਗਏ ਬਿਆਨ ਤੋਂ ਕਦੀ ਨਹੀਂ ਮੁਕਰਦੇ। ਉਹਨਾਂ ਨੇ ਜਿਹੜੀ ਗੱਲ ਕੀਤੀ ਆ ਕਾਨੂੰਨੀ ਟੈਕਨੀਕਲ ਕੀਤੀ, ਕਿਉਂਕਿ ਇਹਦੇ ਵਕੀਲ ਨੇ, ਇਹਨਾਂ ਨੂੰ ਜ਼ਿਆਦਾ ਪਤਾ ਕਿ ਮਰਸੀ ਪਟੀਸ਼ਨ ਕੋਈ ਥਰਡ ਪਾਰਟੀ ਨਹੀਂ ਹੁੰਦੀ। ਮਰਸੀ ਪਟੀਸ਼ਨ ਜਿਹੜੀ ਹੁੰਦੀ ਆ ਜਿਸ ਬੰਦੇ ਨੇ ਉਹ ਕਹਿੰਦੇ ਮੈਨੂੰ ਅਫਸੋਸ ਕੋਈ ਨਹੀਂ ਆ, ਉਹਨਾਂ ਨੇ ਆਪਣੇ ਕੀਤੇ ਕੰਮ ਤੇ ਆਪਣੇ ਆਪ ਨੂੰ ਕੌਮ ਦੇ ਪ੍ਰਤੀ ਸਮਰਪਿਤ ਕਰਕੇ ਇੱਕ ਸਟੇਟਮੈਂਟ ਦਿੱਤੀ ਆ। ਮੇਰਾ ਇੱਥੇ ਸਵਾਲ ਇਹ ਹੈਗਾ ਵਾ, ਤੁਹਾਡੀ ਭਾਈਵਾਲ ਸਰਕਾਰ ਪੰਜਾਬ 'ਚ ਆ, ਤੁਹਾਡੀ ਭਾਈਵਾਲ ਸਰਕਾਰ ਦਿੱਲੀ ਦੇ ਵਿੱਚ ਆ, ਤੁਹਾਡੀ ਸਰਕਾਰ ਆਪਣੀ ਕਰਨਾਟਕਾ ਦੇ ਵਿੱਚ ਆ, ਤੁਸੀਂ ਅਸੀਂ ਤੇ ਆਪਣੀ ਗੱਲ ਤੋਂ ਮੁੱਕਰਦੇ ਹੀ ਨਹੀਂ ਕਿਸੇ ਗੱਲ ਤੋਂ ਬੀਜੇਪੀ ਵਾਲੇ। ਜਿਹੜੀ ਗੱਲ ਕਹੀ ਆ ਉਹ ਟੈਕਨੀਕਲ ਆਧਾਰ ਤੇ ਤੱਥਾਂ ਦੇ ਆਧਾਰ ਤੇ ਕੀਤੀ ਆ। ਠੀਕ ਹੈ ਜੋਸ਼ੀ ਸਾਹਿਬ, ਇੱਕ ਚੀਜ਼ ਠੀਕ ਹੈ ਜਿਹੜਾ ਖੜਿਆਲ ਸਾਹਿਬ ਨੇ ਗੱਲਬਾਤ ਕੀਤੀ ਹੈ ਮਰਸੀ ਪਟੀਸ਼ਨ ਦੀ ਕਿ ਆਖਿਰ ਅਹਿਸਾਸ ਜਿਹੜਾ ਹੈ ਉਹ ਨਹੀਂ ਹੈ, ਇਸ ਗੱਲ ਕਰਕੇ ਜਿਹੜੀ ਆ ਉਸ ਨੂੰ ਤਵੱਜੋ ਨਹੀਂ ਦਿੱਤੀ ਜਾ ਸਕਦੀ। ਲੇਕਿਨ ਜਿਸ ਹਿਸਾਬ ਦੇ ਨਾਲ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਤੇ ਫਰਲੋ ਮਿਲ ਰਹੀਆਂ ਨੇ, ਤਾਂ ਪੈਰੋਲ ਤੇ ਫਰਲੋਆਂ ਮਿਲਣ ਤੋਂ ਬਾਅਦ ਕੀ ਗੁਰਮੀਤ ਰਾਮ ਰਹੀਮ ਨੂੰ ਇਸ ਚੀਜ਼ ਦਾ ਅਹਿਸਾਸ ਰਹੇਗਾ ਕਿ ਮੈਂ ਅੱਗੇ ਤੋਂ ਕੋਈ ਕ੍ਰਾਈਮ ਨਹੀਂ ਕਰਨਾ, ਅੱਗੇ ਤੋਂ ਕੋਈ ਜੁਰਮ ਨਹੀਂ ਕਰਨਾ? ਕਿਉਂਕਿ ਜੇ ਪੈਰੋਲ ਤੇ ਫਰਲੋਆਂ ਮਿਲ ਗਈਆਂ ਫਿਰ ਤਾਂ ਇੱਕ ਹੀਣੇ ਖੁੱਲ੍ਹ ਜਾਂਦੇ ਨੇ ਕਿ ਭਾਈ ਅਸੀਂ ਕ੍ਰਾਈਮ ਕਰਤਾ ਤਾਂ ਬਾਅਦ ਦੇ ਵਿੱਚ ਅਸੀਂ ਆਪਣੀ ਸਿਆਸੀ ਸ਼ਹਿ ਲਾ ਲਓ ਜਾਂ ਕੋਈ ਵੀ ਟੈਕਨੀਕਲੀ ਪੱਖ ਲਾ ਲਓ ਉਹਦੇ ਆਧਾਰ ਤੇ ਅਸੀਂ ਫਰਲੋਆਂ ਲੈ ਲਾਂਗੇ। ਹਾਂਜੀ ਕਿਹਨੂੰ ਕੀਤਾ ਜੀ? ਜੋਸ਼ੀ ਸਾਹਿਬ ਕਿਹਨੂੰ ਸਵਾਲ ਕੀਤਾ? ਸਵਾਲ ਕਿਹਨੂੰ ਕੀਤਾ ਜੀ? ਜੁਸਾ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਡਿਸਟਰਬੈਂਸ ਬਹੁਤ ਆ ਰਹੀ ਹੈ ਜੀ। ਚਲੋ ਮੈਂ ਤੁਹਾਡੇ ਕੋਲ ਮੁੜ ਤੋਂ ਆਉਣਾ, ਮੈਂ ਐਸਜੀਪੀਸੀ ਮੈਂਬਰ ਸਾਹਿਬ ਦਾ ਰੁਖ ਕਰਦਾ ਮੈਂ। ਜੀ 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 ਪ੍ਰੋਫੈਸਰ ਸਾਹਿਬ ਤੁਸੀਂ ਕੁਝ ਕਹਿ ਰਹੇ ਹੋ? ਜੀ ਜੀ ਪ੍ਰੋਫੈਸਰ ਸਾਹਿਬ ਅੱਜ ਚਰਚਾ ਕਰ ਰਹੇ ਹਾਂ, ਇਹ ਤੇ ਸਿੱਧਾ ਸਿੱਧਾ ਹੀ ਪੋਲੀਟੀਕਲ ਇਨਵੋਲਵਡ ਹੈਗਾ। ਉਹਨਾਂ ਨੇ ਇੱਕ ਪੋਲੀਟੀਕਲ ਵਿੰਗ ਬਣਾਇਆ ਹੋਇਆ ਜਿਹੜਾ ਫੈਸਲਾ ਕਰਦਾ ਕਿ ਐਤਕੀ ਕਿਹਨੂੰ ਸਪੋਰਟ ਕਰਨੀ ਕਿਹਨੂੰ ਨਹੀਂ। ਬਾਕੀ ਦੇ ਬਾਬੇ ਇਨਡਾਇਰੈਕਟਲੀ ਸਪੋਰਟ ਕਰਦੇ ਆ, ਉਹ ਵੀ ਕਰਦੇ ਹੋਣਗੇ ਕਿੰਨੀ ਕਿੰਨੀ ਆਪਣੀ ਕਰਦੇ ਆ। ਇਹ ਤੇ ਸਿੱਧਾ ਸਿੱਧਾ ਠੇਕਾ ਲੈ ਕੇ ਕਰਦੇ ਆ, ਜਾਣੀ ਗੱਲ ਤੋੜ ਕੇ ਕਰਦੇ ਆ। ਹੁਣ ਉਹਨਾਂ ਨੇ ਕਹਿ ਦਿੱਤਾ ਬਾਹਰ ਨਿਕਲਦਿਆਂ ਸਾਰੀ ਵੀ ਮੈਂ ਬਾਗਪਤ ਚੱਲਿਆ ਆ, ਉੱਥੇ ਕੋਈ ਮੇਰਾ ਸੇਵਕ ਉੱਥੇ ਨਾ ਪਹੁੰਚ ਜਾਏ।
ਮੇਰਾ ਮਤਲਬ ਕਿ ਹੁਣ ਉੱਥੇ ਬੈਠ ਕੇ ਉਹਨਾਂ ਨਾਲ ਜੋੜ ਤੋੜ ਸਾਰੀ ਹੋਊਗੀ ਪੋਲੀਟੀਕਲ ਤੌਰ ਤੇ, ਉੱਥੇ ਪੋਲੀਟੀਕਲ ਬੰਦੇ ਪਾਰਟੀਆਂ ਦੇ ਲੀਡਰ ਜਾਣਗੇ, ਜੇ ਉੱਥੇ ਚੇਲੇ ਪਹੁੰਚ ਜਾਂਦੇ ਫਾਲੋਅਰ ਪਹੁੰਚ ਜਾਂਦੇ ਆ ਤੇ ਫਿਰ ਉਹ ਗੱਲ ਗੁਪਤ ਨਹੀਂ ਰੱਖੀ ਜਾ ਸਕਦੀ। ਇਸ ਲਈ ਇਹ ਉਹ ਕੋਈ ਲੁਕ ਛਿਪ ਕੇ ਇਸ ਗੱਲ ਦਾ ਪੋਲਿਟਿਕਸ ਦੇ ਵਿੱਚ ਹਿੱਸਾ ਲੈਣਾ ਰਾਮ ਰਹੀਮ ਦਾ ਕੋਈ ਲੁਕ ਛਿਪ ਕੇ ਨਹੀਂ ਹੈਗਾ। ਇਹ ਤੇ ਹੁਣ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਜਾਂ ਵੋਟਰਾਂ ਨੂੰ ਵੋਟ ਪਾਉਣ ਵੇਲੇ ਸੋਚਣਾ ਚਾਹੀਦਾ ਕਿ ਇੱਥੇ ਸਾਡੇ ਹੋ ਕੀ ਰਿਹਾ, ਕਿ ਆਪਾਂ ਨੂੰ ਆਪਣੀ ਰਾਜਨੀਤੀ ਨੂੰ ਮੁੱਦਿਆਂ ਤੇ ਰੱਖਣਾ ਆ ਜਾਂ ਇਹੋ ਜਿਹਾ ਲੋਕਾਂ ਦਾ ਬੇਵਕੂਫ ਬਣਾ ਕੇ ਭਾਵਕ ਕਰਕੇ ਵੋਟਾਂ ਲੈਣ ਤੱਕ ਸੀਮਿਤ ਰੱਖਣਾ, ਇਹ ਇੱਕ ਬੜੀ ਦੁਖਾਂਤ ਦੀ ਗੱਲ ਆ। ਠੀਕ ਹੈ, ਠੀਕ ਹੈ ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਜਿਹੜਾ ਤਰਕ ਹੈ ਉਹ ਕਾਫੀ ਜਿਹੜਾ ਹੈ ਸਹੀ ਵੀ ਹੈ, ਕਿਉਂਕਿ ਆਪਾਂ ਨੇ ਦੇਖਣਾ ਕਿ ਆਪਾਂ ਕੀ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ, ਕਿਸ ਹਿਸਾਬ ਦੇ ਨਾਲ ਆਪਣੇ ਹੱਕ ਦਾ ਇਸਤੇਮਾਲ ਕਰਨਾ। ਤਾਂ SGPC ਬੈਬਰ ਸਾਹਿਬ ਦਾ ਰੁੱਖ ਕਰੂਗਾ ਝੱਬਰ ਸਾਹਿਬ ਦਾ। ਝੱਬਰ ਸਾਹਿਬ, SGPC ਦਾ ਹੁਣ ਨੈਕਸਟ ਸਟੈਪ ਕੀ ਹੋਣ ਜਾ ਰਿਹਾ, ਹਾਲਾਂਕਿ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਕਲੀਅਰ ਹੁੰਦੇ ਹੋਏ ਨਜ਼ਰ ਆ ਰਹੀਆਂ ਨੇ, ਹਾਈਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਵੀ ਪਾਈ ਵਾਰ ਵਾਰ ਪੈਰੋਲਾਂ ਤੇ ਫਰਲੋਆਂ ਨੂੰ ਲੈ ਕੇ, ਤਾਂ ਹੁਣ ਨੈਕਸਟ ਸਟੈਪ ਕੀ ਲਏਗਾ SGPC? ਵੈਸੇ ਗਰੇਵਾਲ ਸਾਹਿਬ ਨੇ ਵੀ ਜਿਸ ਤਰ੍ਹਾਂ ਦੱਸਿਆ ਕਿ ਵਕੀਲਾਂ ਨਾਲ ਰਾਏ ਕਰਕੇ ਅਸੀਂ ਅਗਾਂਹ ਵਾਲੀ ਕੋਰਟ ਦੇ ਵਿੱਚ ਵੀ ਜ਼ਰੂਰ ਕੋਸ਼ਿਸ਼ ਕਰਾਂਗੇ, ਪਰ ਸੈਂਟਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਵਾਰ ਵਾਰ ਜੇ ਆਪਾਂ ਚਿੜਾਵਾਂਗੇ। ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਸਾਰੀਆਂ ਗੱਲਾਂ ਦੱਸਤੀਆਂ ਕਿ ਜੇ ਇੱਕ ਧਰਮ ਨੂੰ ਇੱਕ ਫਿਰਕੇ ਨੂੰ ਦਬਾਓਗੇ, ਕਿਉਂਕਿ ਰਾਮ ਰਹੀਮ ਦਾ ਜੋ ਮਸਲਾ ਆ ਗਿਆ ਨਾ, ਜਿਸ ਤੋਂ ਬਾਅਦ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚ ਇਨਵੋਲਵ ਆ ਗਿਆ। ਪਹਿਲਾਂ ਚਲੋ ਸਵਾਂਗ ਰਚਿਆ, ਉਸ ਤੋਂ ਬਾਅਦ ਚੱਲਿਆ 10 ਸਾਲ ਲੜਾਈ ਚੱਲੀ, ਪਰ ਹੁਣ ਤਾਂ ਸ਼ਰੇਆਮ ਉਹਦਾ ਜੋ ਪੈਰੋਕਾਰ ਹੈ ਚੇਲਾ ਹੈ ਉਹ ਆਪ ਬਿਆਨ ਦੇ ਚੁੱਕਿਆ ਪੁਲਿਸ ਸਾਹਮਣੇ ਕਿ ਕਿਸ ਤਰ੍ਹਾਂ ਬਾਬੇ ਰਾਮ ਰਹੀਮ ਨੇ ਬੇਅਦਬੀ ਕਰਾਈ। ਤਾਂ ਵਾਰ ਵਾਰ ਜੋ ਫਰਲੋਆਂ ਦਿਓਗੇ ਤਾਂ ਸਾਨੂੰ ਜ਼ਰੂਰ ਦੁੱਖ ਆਊ, ਦਰਦ ਆਊ, ਤੇ ਨਾਲ ਬੰਦੀ ਸਿੰਘਾਂ ਦੀ ਜੋ ਅਸੀਂ ਗੱਲ ਕਰ ਰਹੇ ਹਾਂ, ਚਾਹੇ BJP ਦੇ ਪ੍ਰਵਕਤਾ ਵਾਰ ਵਾਰ ਗੱਲ ਛੇੜ ਰਹੇ ਹੈ, ਪਰ ਆਪਸ ਦੇ ਵਿੱਚ ਸਵਾਲ ਕਰਕੇ ਚਾਹੇ ਸਾਡੇ ਕਾਂਗਰਸ ਵਾਲੇ ਭਰਾ ਚਾਹੇ BJP ਵਾਲੇ ਭਰਾ, ਇੱਕ ਤਾਂ ਕਲੀਅਰ ਮੰਨ ਰਹੇ ਹੈ ਕਿ ਸਿੱਖ ਉਹਨਾਂ ਜਾਤੀ ਕਰ ਰਹੇ ਹਾਂ, ਅਸੀਂ ਧੱਕਾ ਕਰ ਰਹੇ ਹਾਂ ਬੰਦੀ ਸਿੰਘਾਂ ਦੇ ਮਸਲੇ ਤੇ, ਪਰ ਵੱਡੀ ਜਾਤੀ BJP ਦੀ ਇਹ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹਨੂੰ ਲੱਖਾਂ ਲੋਕ ਚੁਣ ਕੇ ਮੈਂਬਰਾਂ ਨੂੰ ਭੇਜਦੀ ਹੈ, ਉਹ ਪ੍ਰਧਾਨ ਬਣਾਉਂਦੇ ਹੈ, ਉਹ ਪ੍ਰਧਾਨ ਵਾਰ ਵਾਰ ਬੰਦੀ ਸਿੰਘਾਂ ਦੀ ਤੇ ਗੱਲ ਕਰਨ ਵਾਸਤੇ ਸਾਡੇ ਗ੍ਰਹਿ ਮੰਤਰੀ ਤੋਂ ਹੋਮ ਮਿਨਿਸਟਰ ਤੋਂ ਸਮਾਂ ਮੰਗ ਰਿਹਾ, ਪਰ ਉਹ ਸਮਾਂ ਨਹੀਂ ਦੇ ਰਹੇ। ਤੁਸੀਂ ਦੇਖੋ ਕਿੰਨਾ ਕਿੱਥੋਂ ਤੱਕ ਇਗਨੋਰ ਕਰੂ। BJP ਦੇ ਪ੍ਰਵਕਤਾ ਵਾਰ ਵਾਰ ਕਹਿ ਰਹੇ ਹੈ ਕਿ ਪੰਜਾਬ ਵਾਲੇ ਮਸਲਿਆਂ ਤੇ ਹਰਿਆਣਾ BJP ਸੈਂਟਰ BJP ਨਾਲ ਸਾਡਾ ਵੱਖ ਹੈ, ਅਸੀਂ ਪੰਜਾਬ ਨਾਲ ਖੜੇ ਹਾਂ, ਲੋਕਾਂ ਨਾਲ ਖੜੇ ਹਾਂ, ਸਿੱਖਾਂ ਨਾਲ ਖੜੇ ਹਾਂ। ਤਾਂ ਜੋਸ਼ੀ ਜੀ ਜ਼ਰੂਰ ਬੇਨਤੀ ਹੈ, ਮੇਰੀ ਆਹ ਸੁਨੇਹਾ ਜ਼ਰੂਰ ਪਹੁੰਚਾ ਦਿਓ ਗ੍ਰਹਿ ਮੰਤਰੀ ਤੱਕ ਵੀ ਜੋ ਨਹੀਂ ਰਿਹਾ ਕਰਨੇ, ਨਹੀਂ ਪਰੋਲ ਦੇਣੀ ਤੁਸੀਂ ਬੰਦੀ ਸਿੰਘਾਂ ਨੂੰ, ਘੱਟੋ ਘੱਟ ਉਹਨਾਂ ਦੇ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਦਾ ਟਾਈਮ ਤਾਂ ਦੇ ਦਿਓ। ਅਸੀਂ ਆਪਣਾ ਦੁੱਖ ਤਾਂ ਰੋਈਏ ਤੁਹਾਡੇ ਕੋਲੇ, ਤੁਸੀਂ ਮੰਨੋ ਚਾਹੇ ਨਾ, ਤੁਹਾਡੀ ਨੀਂਹ ਤਾਂ ਦਿਸ ਰਹੀ ਹੈ, ਪਤਾ ਲੱਗ ਰਿਹਾ। ਅਸੀਂ DC ਨੂੰ ਵੀ ਮੈਮੋਰੈਂਡਮ ਦੇ ਰਹੇ ਹਾਂ, ਅਸੀਂ ਗਵਰਨਰ ਨੂੰ ਮੈਮੋਰੈਂਡਮ ਦੇ ਰਹੇ ਹਾਂ, ਲੱਖਾਂ ਲੋਕਾਂ ਨੇ BJP ਦੇ ਸੈਂਟਰ ਦੇ ਮਿਨਿਸਟਰ ਨੇ ਵੀ ਸਾਈਨ ਕੀਤੇ ਹੈ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਹੈ, ਪਰ ਫਿਰ ਵੀ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਜੋਸ਼ੀ ਜੀ ਕਿਵੇਂ ਯਕੀਨ ਕਰੀਏ ਕਿ ਤੁਸੀਂ ਕਾਨੂੰਨ ਫੋਲੋ ਕਰਦੇ ਹੋ, ਤੁਸੀਂ ਰੂਲ ਫੋਲੋ ਕਰਦੇ ਹੋ, ਜਿਸ ਤਰ੍ਹਾਂ ਆਰਾਮ ਹੀ ਲਈ ਵਾਲੇ ਮਸਲੇ ਤੇ ਕਹੀ ਜਾਂਦੇ ਹੋ। ਸੋ ਇਸ ਕਰਕੇ ਬੇਨਤੀ ਹੈ, ਇਸ ਤੇ ਇਹੀ ਕਹਾਂਗੇ, ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਿੱਖ ਕੌਮ ਨੂੰ ਕਿ ਸਾਡੇ ਵਿਰੋਧੀ ਜੋ ਸਾਡੇ ਧਰਮ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹਮਲੇ ਕਰਦੇ ਹੈ, ਉਹਨਾਂ ਨੂੰ ਪਰੋਲ ਦਿੱਤੀ ਜਾ ਰਹੀ ਹੈ, ਜੋ ਅਦਾਲਤ ਵੱਲੋਂ ਬਲਾਤਕਾਰ ਤੇ ਕਤਲ ਚ ਦੋਸ਼ੀ ਹੈ ਸਜ਼ਾ ਦਿੱਤੀ ਹੈ ਉਹਨੂੰ ਵਾਰ ਵਾਰ ਫਰਲੋ ਦਿੱਤੀ ਜਾ ਰਹੀ ਹੈ, ਤੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਵਾਸਤੇ ਸਾਡਾ ਗ੍ਰਹਿ ਮੰਤਰੀ ਪੰਜਾਬ ਚ ਆ ਕੇ ਲਲਕਰਾ ਮਾਰ ਕੇ ਜਾਂਦਾ ਹੈ ਕਿ ਅਸੀਂ ਕਦੇ ਵੀ ਨਹੀਂ ਛੱਡਾਂਗੇ, ਕਦੇ ਨਹੀਂ ਛੋੜੇਂਗੇ।
ਸੋ ਇਸ ਕਰਕੇ ਜੋਸ਼ੀ ਜੀ ਜੇ ਤੁਸੀਂ ਪੰਜਾਬ ਦੇ ਹਮਦਰਦ ਹੋ ਹੱਥ ਜੋੜ ਕੇ ਬੇਨਤੀ ਹੈ ਤਾਂ ਜੋਸ਼ੀ ਜੀ ਤੁਹਾਨੂੰ ਕੀ ਲੱਗਦਾ ਬਤੌਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਦੇ ਹੋਣ ਦੇ ਨਾਤੇ ਹਾਲਾਂਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਹਰਿਆਣਾ ਦੀ ਜਿਹੜੀ ਹੈ ਬੀਜੇਪੀ ਦੀ ਲੀਡਰਸ਼ਿਪ ਦੀ ਸਟੇਟਮੈਂਟ ਹੋਰ ਪੰਜਾਬ ਦਾ ਜਿਹੜਾ ਆਪਣਾ ਪੱਖ ਹੋਰ ਹੋ ਸਕਦਾ ਹੈ ਤਾਂ ਬਤੌਰ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਵਜੋਂ ਤੁਹਾਨੂੰ ਕੀ ਲੱਗਦਾ ਝੱਬਰ ਸਾਹਿਬ ਦੇ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ ਦੇਖੋ ਮੈਂ ਇੱਥੇ ਬੜੀ ਸਪਸ਼ਟ ਰੂਪ ਚ ਗੱਲ ਕਹਿੰਦਾ ਵਾਂ ਕਿ ਸਰਕਾਰ ਪੂਰੀ ਰੂਪ ਚ ਕਦੀ ਵੀ ਭਾਰਤੀ ਜਨਤਾ ਪਾਰਟੀ ਵੀ ਅਜੇ ਤੱਕ ਪੰਜਾਬ ਚ ਨਹੀਂ ਆਈ ਠੀਕ ਹੈ ਜੀ ਔਰ ਦੂਸਰੀ ਗੱਲ ਇਹ ਹੈਗੀ ਆ ਮੇਰੇ ਕਾਂਗਰਸ ਵਾਲੇ ਵੀਰ ਅਜੇ ਵੀ ਦੂਜੇ ਬੰਨੇ ਠੀਕ ਆ ਮੈਂ ਸ਼੍ਰੋਮਣੀ ਮੈਂ ਪ੍ਰੋਫੈਸਰ ਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਇੱਕ ਬੰਨੇ ਡਾਕਟਰ ਮਨਜੀਤ ਸਿੰਘ ਨੇ ਸਾਡੇ ਗੁਰੂ ਨੇ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਦੇ ਇਹਨਾਂ ਦੀ ਗੱਲਾਂ ਦੇ ਇਹਨਾਂ ਤਰਕ ਵਿੱਚ ਵੀ ਬਹੁਤ ਵਜਨ ਆ ਦੂਜੇ ਬੰਨੇ ਪ੍ਰੋਫੈਸਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹਨਾਂ ਦਾ ਜਿਹੜਾ ਦੁੱਖ ਦਰਦ ਵਾ ਮੈਂ ਮੁਨਕਰ ਨਹੀਂ ਹੁੰਦਾ ਉਹਦੇ ਤੋਂ ਮੈਂ ਇੱਥੇ ਗੱਲ ਕਰਦਾ ਪਿਆ ਵਾਂ ਕਿ ਸਟੇਟ ਗੌਰਮੈਂਟ ਦੇ ਵੀ ਕੁਛ ਰੂਲ ਨਿਯਮ ਹੁੰਦੇ ਨੇ ਸਟੇਟ ਗੌਰਮੈਂਟ ਦੇ ਕੋਲ ਕੁਛ ਹੱਕ ਰਾਖਵੇਂ ਹੁੰਦੇ ਨੇ ਇਹ ਇਹ ਅੱਜ ਭੱਜ ਨਹੀਂ ਸਕਦੀ ਕਾਂਗਰਸ ਇਹਦੇ ਤੋਂ ਅੱਜ ਭੱਜ ਨਹੀਂ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਗੱਲ ਕਰਦੀ ਪਈ ਆ ਤੇ ਉੱਥੋਂ ਅਕਾਲੀ ਦਲ ਬਾਦਲ ਉਹ ਨਹੀਂ ਭੱਜ ਸਕਦਾ ਇੱਥੋਂ ਇਸ ਗੱਲ ਤੋਂ ਤੇ ਨਾ ਹੀ ਇਹਦੇ ਝਾੜੂ ਦੀ ਸਰਕਾਰ ਭੱਜ ਸਕਦੀ ਆ ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਆ ਦੁਬਾਰਾ ਲੇਕਿਨ ਜਿਹੜਾ ਗੁਰਪ੍ਰੀਤ ਸਿੰਘ ਝੱਬਰ ਨੇ ਸਵਾਲ ਕੀਤਾ ਹੈ ਕਿ ਹਮੇਸ਼ਾ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਮਾਂ ਦਿੱਤਾ ਜਾਵੇ ਹੋਮ ਮਿਨਿਸਟਰ ਸਾਹਿਬ ਸਾਨੂੰ ਸਮਾਂ ਦੇਣ ਕਿ ਬਤੌਰ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਦੇ ਹੋਣ ਦੇ ਨਾਤੇ ਇੱਕ ਸੀਨੀਅਰ ਲੀਡਰ ਹੋਣ ਦੇ ਨਾਤੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੋਈ ਇਹੋ ਜਿਹਾ ਇਨੀਸ਼ੀਏਟਿਵ ਲਓਗੇ ਜਿਸ ਦੇ ਨਾਲ SGPC ਦੇ ਪ੍ਰਧਾਨ ਸਾਹਿਬ ਦੀ ਮੁਲਾਕਾਤ ਜਿਹੜੀ ਗ੍ਰਹਿ ਮੰਤਰਾਲੇ ਦੇ ਨਾਲ ਹੋਵੇ ਬਿਲਕੁਲ ਖੜੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਾਡੇ ਸਿਰ ਦਾ ਤਾਜ ਆ ਸਾਡੀ ਸਿੱਖੀ ਸਾਡੇ ਜੇ ਅਸੀਂ ਗੱਲ ਕਰੀਏ ਤੇ ਸਾਡੇ ਕੋਲ ਹੈ ਕੀ ਹੈ ਸਵਾਏ ਸਾਡੀ ਇਸ ਸਿੱਖੀ ਤੋਂ ਉਹਦੇ ਆਚਰਣ ਤੋਂ ਅਸੀਂ ਅਨੁਸਰਨ ਕਰ ਰਹੇ ਹਾਂ ਸਿੱਖੀ ਦਾ ਅਸੀਂ ਭੱਜਦੇ ਨਹੀਂ ਆ ਕਦੀ ਆਪਣੇ ਹੱਕਾਂ ਨੂੰ ਲੈਣ ਵਾਸਤੇ ਮੈਂ ਉਹ ਗੱਲ ਕੀਤੀ ਹੈ ਨਾ ਕਿ ਇੱਥੇ ਟੈਕਨੀਕਲ ਗੱਲਾਂ ਜਿਹੜੀਆਂ ਕਾਨੂੰਨੀ ਤੇ ਟੈਕਨੀਕਲ ਗੱਲਾਂ ਦੇ ਪਿਆਪ ਦੇ ਉੱਤੇ ਇੱਕ ਪੈਰੋਲ ਦਿੱਤੀ ਜਾਣ ਡਈ ਆ ਉਹਦੇ ਉੱਤੇ ਚਰਚਾ ਉਹ ਹੋ ਰਹੀ ਆ ਜਿਹੜੀ ਕਿ ਕਾਂਗਰਸ ਦੇ ਪ੍ਰਵਕਤਾ ਮੇਰੇ ਵੀਰ ਨੇ ਦੱਸ ਦਿੱਤਾ ਮੈਂ ਇੱਥੇ ਇੰਨੀ ਗੱਲ ਕਰਦਾ ਪਿਆ ਮੇਰੀ ਗੱਲ ਤੁਸੀਂ ਫਿਰ ਨਹੀਂ ਫੋਲੋ ਕਰਦੇ ਪਏ ਕੁਝ ਸਟੇਟ ਗੌਰਮੈਂਟ ਦੇ ਆਪਣੇ ਹੱਕ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਸਟੇਟ ਗੌਰਮੈਂਟ ਕਰ ਸਕਦੀ ਆ ਅੱਜ ਚਾਹੇ ਪੰਜਾਬ ਸਰਕਾਰ ਦੇ ਸਤਿਕਾਰਯੋਗ ਭਗਵੰਤ ਸਿੰਘ ਜੀ ਮਾਨ ਨੇ ਚਾਹੇ ਦਿੱਲੀ ਦੇ ਹੁਣ ਤਾਂ ਪਤਾ ਹੀ ਨਹੀਂ ਉਹ ਮਤਲਬ ਮੁੱਖ ਮੰਤਰੀ ਸਾਹਿਬ ਆਪ ਉੱਥੇ ਬੈਠੇ ਆ ਤੇ ਮੈਂ ਕੋਈ ਤੰਜ ਨਹੀਂ ਕਸਣਾ ਚਾਹੁੰਦਾ ਤੇ ਤੀਸਰੇ ਪੰਨੇ ਸਾਡੀ ਕਰਨਾਟਕਾ ਦੇ ਵਿੱਚ ਆਨਰੇਬਲ ਖੜਿਆਲ ਸਾਹਿਬ ਦੀ ਸਰਕਾਰ ਆ ਮੈਂ ਇੱਥੇ ਇੰਨੀ ਗੱਲ ਕਹਿੰਦਾ ਵਾਂ ਕਿ ਮਸਲੇ ਦਾ ਹੱਲ ਸਟੇਟ ਗੌਰਮੈਂਟ ਵੀ ਲੈਂਦੀ ਆ ਸਾਰੀ ਗੱਲ ਤੁਸੀਂ ਸੈਂਟਰ ਗੌਰਮੈਂਟ ਦੇ ਉੱਤੇ ਪਾ ਕੇ ਕਿਨਾਰਾ ਨਹੀਂ ਕਰ ਸਕਦੇ ਆਨਰੇਬਲ ਹੋਮ ਮਿਨਿਸਟਰ ਠੀਕ ਹੈ ਮੈਂ ਖੜਿਆਲ ਸਾਹਿਬ ਤੋਂ ਇਹ ਵੀ ਤੁਹਾਡੀ ਗੱਲ ਦਾ ਜਿਹੜਾ ਜਵਾਬ ਹੈ ਜ਼ਰੂਰ ਲਊਗਾ ਜੋਸ਼ੀ ਸਾਹਿਬ ਲੇਕਿਨ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈ ਮੈਂ ਇਹ ਵੀ ਸਵਾਲ ਦਾ ਜਵਾਬ ਜ਼ਰੂਰ ਲਊਂਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਟੇਟ ਗਵਰਨਮੈਂਟ ਦਾ ਕਾਫੀ ਰੋਲ ਹੁੰਦਾ ਤਾਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਕਿ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਕੀ ਹਰਿਆਣਾ ਸਟੇਟ ਸਰਕਾਰ ਦੇ ਨਾਲ ਰਾਬਤਾ ਕਾਇਮ ਕਰੇਗੀ ਇਸ ਮੁਤਲਕ ਤੁਸੀਂ ਇੱਥੇ ਮਰਜ ਕਰਦੇ ਪਏ ਹੋ ਕਾਨੂੰਨ ਨੂੰ ਭਾਵਨਾਵਾਂ ਦੇ ਨਾਲ ਹਰਿਆਣੇ ਦੇ ਵਿੱਚ ਪੈਰੋਲ ਟੈਕਨੀਕਲ ਸਿਸਟਮ ਦੇ ਵਿੱਚ ਗਈ ਜੋ ਕਾਂਗਰਸ ਦੇ ਪ੍ਰਵਕਤਾ ਨੇ ਗੱਲ ਕੀਤੀ ਸਹੀ ਕੀਤੀ ਆ ਉਹਦੇ ਵਿੱਚ ਬੜੀਆਂ ਚੀਜ਼ਾਂ ਦੇਖ ਕੇ ਪੈਰੋਲ ਦਿੰਦੇ ਨੇ ਔਰ ਲੋਕਾਂ ਨੂੰ ਮਿਲਦੀਆਂ ਨੇ ਜੇ ਪੰਜਾਬ ਦੇ ਮਸਲੇ ਦੀ ਮੈਂ ਗੱਲ ਕਰਦਾ ਆਨਰੇਬਲ ਹੋਮ ਮਿਨਿਸਟਰ ਸਾਹਿਬ ਨੇ ਕਾਨੂੰਨੀ ਪੱਖ ਰੱਖਦੇ ਹੋਏ ਟੈਕਨੀਕਲ ਗੱਲ ਕੀਤੀ ਸੀ ਕਿ ਕਾਨੂੰਨ ਦੇ ਵਿੱਚ ਲਿਖੀ ਗਈ ਗੱਲ ਆ ਵਾ ਉਹਦੇ ਮੁਤਾਬਕ ਸਾਡੀ ਸਟੇਟਮੈਂਟ ਆ ਵਾ ਤੁਸੀਂ ਉਹਨੂੰ ਹਰਿਆਣੇ ਦੀ ਪੈਰੋਲ ਨੂੰ ਜੇ ਪੰਜਾਬ ਦੇ ਬੰਦੀ ਸਿੰਘਾਂ ਦੇ ਨਾਲ ਜਾਂ ਸਿੱਖ ਬੰਦੀ ਸਿੰਘਾਂ ਦੇ ਨਾਲ ਤੁਸੀਂ ਗੱਲ ਕਰਦੇ ਪਏ ਹੋ ਨਾ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਨੂੰ ਕਰਨਾਟਕ ਸਰਕਾਰ ਨੂੰ ਆਪ ਅੱਗੇ ਆਉਣਾ ਪੈਣਾ ਕੱਲੀ ਸੈਂਟਰ ਦੀ ਬੀਜੇਪੀ ਸਰਕਾਰ ਦੇ ਉੱਤੇ ਗੱਲ ਪਾ ਕੇ ਇੱਧਰ ਉੱਧਰ ਨਹੀਂ ਭੱਜ ਸਕਦੇ
ਇਹ ਕੁਝ ਕੁਝ ਨਿਯਮ ਹੁੰਦੇ ਨੇ। ਖੜਿਆਲ ਸਾਹਿਬ, ਖੜਿਆਲ ਸਾਹਿਬ, ਜੋਸ਼ੀ ਸਾਹਿਬ ਦੀ ਤੁਸੀਂ ਸਟੇਟਮੈਂਟ ਸੁਣੀ, ਉਹਨਾਂ ਦਾ ਸਵਾਲ ਸੁਣਿਆ, ਜਵਾਬ ਜ਼ਰੂਰ ਦੇ ਦਿਓ। ਖੜਿਆਲ ਸਾਹਿਬ ਤੋਂ ਆਪਾਂ ਜਵਾਬ ਲੈ ਲੈਣੇ, ਜੋਸ਼ੀ ਸਾਹਿਬ ਲੈ ਲੈਣੇ ਜੀ। ਖੜਿਆਲ ਸਾਹਿਬ ਦੇ ਵਿੱਚ ਜ਼ਮਾਨਤ ਕੋਰ ਦਿੰਦਾ ਵਾ, ਇਹ ਕਿਉਂ ਭਟਕਾਉਂਦੇ ਨੇ ਮੁੱਦੇ ਨੂੰ, ਗੱਲ ਤੇ ਕਿਉਂ ਨਹੀਂ ਆਉਂਦੇ? ਬਿਲਕੁਲ ਠੀਕ ਕਹਿ ਰਹੇ ਨੇ ਐਸਪੀ ਸੀ ਖੜਿਆਲ ਸਾਹਿਬ, ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕਰਦੇ ਪਏ ਨੇ। ਹਾਂਜੀ ਹਾਂਜੀ, ਖੜਿਆਲ ਸਾਹਿਬ, ਜੋਸ਼ੀ ਸਾਹਿਬ ਆਪਾਂ ਸਵਾਲ ਦਾ ਜਵਾਬ ਲੈ ਲਈਏ, ਹੁਣ 2 ਮਿੰਟ ਆਪਾਂ, ਮੈਂ ਮੁੜ ਤੋਂ ਤੁਹਾਡੇ ਕੋਲ ਆਉਣਾ, ਆਪਾਂ ਜਵਾਬ ਲੈ ਲਈਏ ਖੜਿਆਲ ਸਾਹਿਬ ਤੋਂ। ਹਰਿਆਣਾ ਸਰਕਾਰ ਦਾ ਪੈਰੋਲ ਦੇਣਾ ਕਿ ਪੰਜਾਬ ਬੀਜੇਪੀ ਉਹਨੂੰ ਵੈਲਕਮ ਕਰਦੀ ਹੈ ਜਾਂ ਨਹੀਂ ਕਰਦੀ, ਉਹ ਤੇ ਕੋਈ ਸਪਸ਼ਟੀਕਰਨ ਨਹੀਂ ਆਇਆ। ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਜਦੋਂ ਕਾਰਨ ਪੁੱਛੇ ਗਏ ਕਿ ਕਿਉਂਕਿ ਪੈਰੋਲ ਦੇਣ ਲਈ ਕਾਰਨ ਹੁੰਦੇ ਆ, ਕੀ ਕਾਰਨ ਸੀਗਾ, ਇਹਨਾਂ ਨੇ ਕਾਰਨ ਨਹੀਂ ਦੱਸਿਆ। ਹੁਣ ਅਸੀਂ ਇਹ ਪੁੱਛ ਰਹੇ ਹਾਂ ਕਿ ਰਾਮ ਰਹੀਮ ਜੀ ਦਾ ਜਨਮ ਦਿਨ 15 ਅਗਸਤ ਨੂੰ ਹੈ, ਤੇ ਕੀ ਉਹਨਾਂ ਦੇ ਜਨਮ ਦਿਨ ਨੂੰ ਕੰਸਿਡਰ ਕੀਤਾ ਗਿਆ ਤੁਹਾਡੀ ਸਰਕਾਰ ਦੁਆਰਾ? ਤੀਜਾ ਇਹਨਾਂ ਨੂੰ ਮੈਂ ਇਹ ਪੁੱਛੂਗਾ ਕਿ 7-8 ਵਾਰੀ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ 2 ਸਾਲਾਂ ਦੇ ਵਿੱਚ, 7-8 ਵਾਰੀ। ਜੋਸ਼ੀ ਸਾਹਿਬ ਇੱਕ ਉਦਾਹਰਨ ਤਾਂ ਦੇ ਦਿਓ ਜਿਹਨੂੰ 3 ਵਾਰੀ ਪੈਰੋਲ ਦੇ ਦਿੱਤੀ ਗਈ ਹੋਵੇ 2 ਸਾਲਾਂ ਦੇ ਵਿੱਚ, ਜਾਂ ਮੈਂ ਕਹਿੰਦਾ 2 ਵਾਰੀ ਦੇ ਦਿੱਤੀ ਗਈ ਹੋਵੇ 2 ਸਾਲਾਂ ਦੇ ਵਿੱਚ। ਇੱਕ ਉਦਾਹਰਨ ਜੋਸ਼ੀ ਸਾਹਿਬ ਦੇ ਦਿੱਤਾ ਕਿ ਬੀਜੇਪੀ ਦੀ ਸਰਕਾਰ, ਇਹ ਤੇ ਤੁਹਾਡੀ ਜਵਾਬਦੇਹੀ ਬਣਦੀ ਹੈ। ਹਰਿਆਣਾ ਸਰਕਾਰ ਤੁਹਾਡੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਤੇ ਆਪਦਾ ਪੰਜਾਬ ਬੀਜੇਪੀ ਦਾ ਸਟੈਂਡ ਇਹਦੇ ਜ਼ਰੂਰ ਸਪਸ਼ਟ ਕਰੋ। ਜੋਸ਼ੀ ਸਾਹਿਬ ਜਵਾਬ ਦੇਵਾਂ ਜੀ। ਹਾਂਜੀ ਹਾਂਜੀ, ਜੋਸ਼ੀ ਸਾਹਿਬ ਕੀ ਸਟੈਂਡ ਹੈ ਜੀ ਤੁਹਾਡਾ? ਦੇਖੋ ਮੈਂ ਅਜੇ ਵੀ ਕਹਿਣਾ ਪਿਆ ਵਾ, ਆਪਣੇ ਸਤਿਕਾਰਯੋਗ ਖੜਿਆਲ ਸਾਹਿਬ ਫਸ ਚੁੱਕੇ ਨੇ। ਉਹ ਭਾਈ ਜਿਹੜੇ ਤੁਸੀਂ ਦੱਸੋ ਵੀ ਚੁੱਕ ਕੇ ਅੰਦਰ ਕਿਹਨਾਂ ਨੇ ਕੀਤਾ ਉਹਨੂੰ? ਪੰਜਾਬ ਦੇ ਪੰਜਾਬੀ ਹੋਣ ਦੇ ਨਾਤੇ ਹਰਿਆਣਾ ਸਰਕਾਰ ਦੇ ਫੈਸਲੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ, ਨਾ ਮੈਂ ਉਹਦੇ ਫੇਵਰ ਚ ਨਾ ਮੈਂ ਉਹਦੇ ਅਗੇਂਸਟ ਹਾਂ। ਉਹਨਾਂ ਦੇ ਆਪਣੇ ਕਾਨੂੰਨੀ ਨੁਕਤੇ ਨੇ, ਆਪਣੇ ਸਿਸਟਮ ਨੇ, ਜਿਸ ਆਧਾਰ ਤੇ ਕੀਤਾ। ਮੇਰੇ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਦਿਓ ਕਿ ਜੇ ਤੁਹਾਨੂੰ ਇੰਨਾ ਤੁਹਾਨੂੰ ਰਾਮ ਰਹੀਮ ਚੰਗਾ ਨਹੀਂ ਲੱਗਦਾ ਪਿਆ ਇਸ ਟਾਈਮ, ਤੇ ਤੁਸੀਂ ਲੋਕਾਂ ਨੇ ਉਹ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀ ਕਾਰਵਾਈ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ ਇਹਨੂੰ ਅੰਦਰ ਦੇ ਕੇ? ਦੂਜੀ ਮੇਰੇ ਸਵਾਲ ਦਾ ਇੱਥੇ ਜਵਾਬ ਦਿੱਤਾ ਜਾਵੇ ਕਿ ਜਿਹੜੇ ਮੈਂ ਸਤਿਕਾਰਯੋਗ ਬੰਦੀ ਸਿੰਘ ਨੇ ਸਾਡੇ ਜਿਹੜੇ ਪੰਜਾਬ ਦੀ, ਦਿੱਲੀ ਦੀ, ਕਰਨਾਟਕ ਦੀ ਸਰਕਾਰਾਂ ਦੇ ਫੈਸਲਿਆਂ ਦਾ ਇੰਤਜ਼ਾਰ ਕਰਦੇ ਪਏ ਨੇ, ਉਹਨਾਂ ਬਾਰੇ ਤੁਹਾਡਾ ਸਪਸ਼ਟ ਬਿਆਨ ਕਿਉਂ ਨਹੀਂ? ਅਸੀਂ ਹੋਮ ਮਿਨਿਸਟਰ ਸਾਹਿਬ ਦੇ ਬਿਆਨ ਨੂੰ ਸਪਸ਼ਟ ਐਕਸੈਪਟ ਕਰਕੇ ਕਹਿਤਾ ਕਿ ਟੈਕਨੀਕਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ ਵੀ ਥਰਡ ਪਾਰਟੀ ਮਰਸੀ ਪਟੀਸ਼ਨ ਦੀ ਜਿਹੜੀ ਗੱਲ ਕੀਤੀ ਆ ਵੀ ਉਹ ਇੱਕ ਕਾਨੂੰਨੀ ਤੌਰ ਤੇ, ਤੁਸੀਂ ਵਕੀਲ ਹੋ, ਤੁਸੀਂ ਮੈਨੂੰ ਦੱਸ ਦਿਓ ਵੀ ਜੇ ਉਹ ਗੱਲ ਗਲਤ ਆ ਤੇ ਮੈਨੂੰ ਤੇ ਗਲਤ ਕਹਿ ਦਿਓ। ਪਰ ਜਿਹੜੀ ਖੜਿਆਲ ਸਾਹਿਬ ਮਾਨ ਨਾ ਤੁਹਾਡੇ ਖੇਤਰ ਤੁਹਾਡੀ ਤੁਹਾਡੀ ਭਾਈਵਾਲ ਸਰਕਾਰ ਦਾ, ਤੁਹਾਡਾ ਉੱਥੇ ਜਵਾਬ ਕੀ ਆ? ਬੁਖਲਾਹਟ ਆਪਾਂ ਸੁਣ ਲਈਏ ਕੀ ਕਹਿ ਰਹੇ ਨੇ, ਇੱਕ ਵਾਰੀ ਸੁਣ ਲਈਏ ਜੋਸ਼ ਸਾਹਿਬ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮੰਗ ਕਰ ਰਿਹਾ, ਜਿਸ ਹਿਸਾਬ ਦੇ ਨਾਲ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਨੇ ਉਹ ਮੰਗ ਕਰ ਰਹੇ ਨੇ, ਉਹਦੇ ਵਿੱਚ ਇੱਕ ਨਿੱਕੀ ਜਿਹੀ ਇੰਟਰਵੈਂਸ਼ਨ ਕਰਨਾ ਚਾਹੂੰਗਾ। ਦੇਖੋ ਜੋਸ਼ੀ ਸਾਹਿਬ ਦੀ ਇੱਕ ਮਜਬੂਰੀ ਹੈ, ਪਾਰਟੀ ਦਾ ਮਾਮਲਾ ਹੁੰਦਾ, ਉਹ ਹੱਕ ਜਾਂ ਨਾ ਚੋ, ਚਲੋ ਕਹਿ ਰਹੇ ਆਪਾਂ ਉਹਨਾਂ ਨੂੰ ਜ਼ਬਰਦਸਤੀ ਨਹੀਂ ਕਰ ਸਕਦੇ। ਪਰ ਇੱਕ ਸਵਾਲ ਜਿਹੜਾ ਜੋਸ਼ੀ ਜੀ ਉਠਾਰੇ, ਚੇਤਨ ਜੋਸ਼ੀ ਜੀ, ਕਿ ਜਦੋਂ ਵੀ ਇਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹੈ, ਜਦੋਂ ਇਹ ਸਮਝੌਤਾ ਹੋ ਜਾਂਦਾ ਕਿ ਹਾਂ ਜੀ ਕੁਛ ਬੰਦੀ ਸਿੰਘਾਂ ਨੂੰ ਛੱਡਣਾ ਆ ਤੇ ਗੁਰੂ ਨਾਨਕ ਦੇਵ ਜੀ ਦੀ ਐਨਵਰਸਰੀ ਤੇ, ਤਾਂ ਉੱਥੇ ਸਤਿੰਦਰ ਜੈਨ ਦੀ ਕਮੇਟੀ ਆ, ਉਹ ਤਿੰਨ ਵਾਰੀ ਉਹ ਆਮ ਆਦਮੀ ਪਾਰਟੀ ਉੱਥੇ ਰਿਜੈਕਟ ਕਰ ਚੁੱਕੀ ਆ ਭੁੱਲਰ ਉਹਨਾਂ ਦੀ, ਉਹਨਾਂ ਦੀ ਸਾਰਿਆਂ ਦੀ ਰਿਹਾਈ ਨੂੰ, ਜਦ ਤੱਕ ਉਹ ਪਾਸ ਨਹੀਂ ਕਰਦੀ ਉੱਥੋਂ ਦੀ ਦਿੱਲੀ ਗੌਰਮੈਂਟ, ਤੇ ਕਿਵੇਂ ਹੋਊਗੀ? ਉਹਨਾਂ ਦਾ ਮੁੱਦਾ ਜਿਹੜਾ ਹੈ ਉਹ ਆਪਣੇ ਆਪ 'ਚ ਉਹ ਠੀਕ ਰੇਜ਼ ਕਰ ਰਹੇ ਆ। ਦੂਸਰਾ ਕਰਨਾਟਕਾ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਹੈ ਕਿ ਉੱਥੇ ਕੀ ਪਿੱਛੇ ਹੋਇਆ ਕੀ ਨਹੀਂ ਹੋਇਆ। ਦੂਜੀ ਜਿਹੜੀ ਗੱਲ ਮੈਂ ਝੱਬਰ ਸਾਹਿਬ ਕਰ ਰਿਹਾ, ਮੇਰੀ ਇੱਕ ਬੇਨਤੀ ਝੱਬਰ ਸਾਹਿਬ ਨੂੰ ਹੈਗੀ, ਉਹ ਇਹ ਕਿ ਜੇ ਹੋਮ ਮਿਨਿਸਟਰ ਤੁਹਾਨੂੰ ਟਾਈਮ ਨਹੀਂ ਦੇ ਰਹੇ, ਆਪਾਂ ਫਿਰ ਮਿੰਨਤਾਂ ਕਰੀਏ, ਡੰਡੌਤ ਬੰਦ ਨਾ ਕਰੀਏ। ਮੈਂ ਥੋੜ੍ਹੇ ਗੁੱਸੇ 'ਚ ਗੱਲ ਇਹ ਕਹਿ ਰਿਹਾ ਇਸ ਕਰਕੇ ਕਿ ਅਸੀਂ SGPC ਨੂੰ ਇੰਨਾ ਕਮਜ਼ੋਰ ਕਰ ਲਿਆ ਕਿ ਸਾਡੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ। ਅਸੀਂ ਲੱਖਾਂ ਦੇ ਲੱਖਾਂ ਸਿਗਨੇਚਰ ਕਰਾ ਕੇ ਗਵਰਨਰ ਨੂੰ ਦੇ ਤੇ, ਟਰੱਕਾਂ ਦੇ ਟਰੱਕ ਭਰ ਕੇ, ਫਿਰ ਨਹੀਂ ਕੋਈ ਸਾਡੀ ਗੱਲ ਸੁਣਦਾ, ਉਹਨਾਂ ਸਿਗਨੇਚਰਾਂ ਦਾ ਅਰਥ ਕੀ ਰਿਹਾ? ਜਦੋਂ ਲੋੜ ਤੇ ਸੜਕਾਂ ਦੀ ਲੜਾਈ ਦੀ ਸੀਗੀ, ਇਕੱਠੇ ਹੋ ਕੇ ਇੱਕ ਵਾਰੀ ਜੇ ਕਿਸਾਨ ਲਲਕਾਰ ਕੇ 13 ਮਹੀਨੇ ਉੱਥੇ ਬੈਠ ਕੇ ਤੇ ਆਪਣੀਆਂ ਮੰਗਾਂ ਮਨਾ ਕੇ ਘਰ ਆ ਸਕਦੇ ਆ, ਅੱਜ ਵੀ ਕਿਸਾਨ ਹਾਲਾਂਕਿ ਪਹਿਲਾਂ ਨਾਲੋਂ ਵਿਖੜੇ ਹੋਏ ਆ, ਉਹ ਜਾ ਕੇ ਰਾਹੁਲ ਗਾਂਧੀ ਦੇ ਨਾਲ ਫੋਟੋਆਂ ਲਵਾ ਕੇ ਆਏ ਕਿ ਨਹੀਂ ਆਏ? ਦਿੱਲੀ ਦੇ ਵਿੱਚ ਇਕੱਲੇ ਇਕੱਲੇ MP ਨੂੰ ਮਿਲੇ ਕਿ ਨਹੀਂ? ਸਾਰੇ ਭਾਜਪਾ 'ਚ ਉਹਨਾਂ ਨੂੰ ਮਿਲਦੇ, ਪਤਾ ਹੈ ਕਿ ਕਿਸਾਨਾਂ ਦੀ ਇੱਕ ਸ਼ਕਤੀ ਹੈ। ਇਸ ਲਈ ਮੇਰੇ ਵੀਰ, ਅਸੀਂ ਆਪਣੇ ਆਪ ਨੂੰ ਬਹੁਤ ਕਮਜ਼ੋਰ ਕੀਤਾ, ਔਰ ਅਸੀਂ ਇਸ ਗੱਲ ਤੇ ਆ ਕੇ ਪਬਲਿਕਲੀ ਕਹਿ ਰਹੇ ਹਾਂ ਕਿ ਸਾਡੀ ਕੋਈ ਸੁਣਦਾ ਨਹੀਂ। ਭਾਈ ਕਿਸੇ ਨੇ ਨਹੀਂ ਸੁਣਨੀ ਜਦ ਤੱਕ ਤੁਹਾਡਾ ਡੰਡਾ ਤਗੜਾ ਨਹੀਂ ਹੋਊ, ਤੁਹਾਡੀ ਤਾਕਤ ਤਗੜੀ ਨਹੀਂ ਹੋਊਗੀ, ਤਾਂ ਉਹਨਾਂ ਨੂੰ ਖੁਦ ਚੱਲ ਕੇ ਆਉਣਾ ਪਊਗਾ। ਇੱਥੇ ਹੋਮ ਮਿਨਿਸਟਰ ਖੁਦ ਆਉਣਗੇ ਕਿ ਦੱਸੋ, ਨਾਲੇ ਦਰਬਾਰ ਸਾਹਿਬ 'ਚ ਨਤਮਸਤਕ ਹੋਣਗੇ, ਨਾਲੇ ਤੁਹਾਡੀ ਗੱਲਾਂ ਮੰਨ ਕੇ ਜਾਣਗੇ। ਸ਼ਕਤੀ ਪੈਦਾ ਕਰੋ, ਆਪਾਂ ਬਹੁਤੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਹੈ, ਪਰ ਪੀਸਫੁੱਲ ਰਹਿ ਕੇ ਸਾਰੀ ਸ਼ਕਤੀ ਜਨਰੇਟ ਕਰਨੀ ਚਾਹੀਦੀ ਹੈ। ਠੀਕ ਹੈ, ਪੀਸਫੁੱਲ ਰਹਿ ਕੇ ਜਿਹੜੀ ਆ ਗੱਲ ਵੀ ਰੱਖੀ ਜਾ ਸਕਦੀ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਹਾਡੀ ਗੱਲ ਸਹੀ ਹੈ ਕਿ ਪੀਸਫੁੱਲ ਤਰੀਕੇ ਦੇ ਨਾਲ ਆਪਣੀ ਮੰਗ ਰੱਖੀ ਜਾ ਸਕਦੀ। ਖੜਿਆਲ ਸਾਹਿਬ, ਇੰਡੀਆ ਅਲਾਈਅੰਸ ਕਿ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦੀ ਪੈਰਵਾਈ ਕਰੇਗਾ, ਜਿਸ ਹਿਸਾਬ ਦੇ ਨਾਲ ਜੋਸ਼ੀ ਸਾਹਿਬ ਨੇ ਜ਼ਿਕਰ ਕੀਤਾ, ਜਿਸ ਹਿਸਾਬ ਦੇ ਨਾਲ ਜਿਹੜਾ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ? ਦੇਖੋ, ਮੈਂ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਦੱਸਿਆ ਕਿ ਨਾ ਤਾਂ ਸਾਡਾ ਕੱਲ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਸੀਗਾ, ਨਾ ਅੱਗੇ ਸਾਡਾ ਇਹਨਾਂ ਨਾਲ ਹੋ ਸਕਦਾ। ਮੈਂ ਪੰਜਾਬ ਕਾਂਗਰਸ ਦਾ ਮੁੱਖ ਬੁਲਾਰਾ, ਪੰਜਾਬ ਕਾਂਗਰਸ ਦੇ ਬਿਹਾਫ ਤੇ ਬੋਲਦਾ, ਤੇ ਸਾਡਾ ਸਟੈਂਡ ਬੜਾ ਸਪਸ਼ਟ ਹੈ, ਮੈਂ ਤੁਹਾਨੂੰ ਦੱਸ ਚੁੱਕਿਆ। ਮੈਂ ਤਾਂ BJP ਨੂੰ ਤਾਂ ਸਵਾਲ ਕਰਦਾ ਕਿਉਂਕਿ ਸੈਂਟਰ 'ਚ ਵੀ ਸਰਕਾਰ ਇਹਨਾਂ ਦੀ, ਹਰਿਆਣਾ 'ਚ ਵੀ ਸਰਕਾਰ ਇਹਨਾਂ ਦੀ, ਤੇ ਜ਼ਿੰਮੇਵਾਰੀ ਜਵਾਬ ਦੇਣ ਦੀ ਵੀ BJP ਦੀ ਬਣਦੀ ਹੈ। ਲੋਕਤੰਤਰ ਦੇ ਵਿੱਚ ਸਰਕਾਰ ਜਵਾਬ ਦਿੰਦੀ ਹੈ, ਸਰਕਾਰ ਸਵਾਲ ਨਹੀਂ ਕਰਦੀ। ਇਹਨਾਂ ਦੀ ਆਦਤ ਹੀ ਨਹੀਂ ਬਣੀ ਜੀ ਕਦੇ ਜਵਾਬ ਦੇਣ ਦੀ, ਤਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ, ਲੋਕਾਂ ਦਾ ਟਾਈਮ ਵੇਸਟ ਕਰਨ ਲਈ ਇਹ ਚੀਜ਼ਾਂ ਕਰਦੇ। ਮੇਰਾ ਤਾਂ ਇੰਨਾ ਸਵਾਲ ਹੈ ਕਿ ਜਿਹੜੇ ਨਿਰਦੋਸ਼ ਲੋਕ, ਕਦੇ ਕਦੇ ਆਪਾਂ ਦੇਖੋ, ਕਾਨੂੰਨ ਦੇ ਵਿੱਚ ਇੱਕ ਸੇਇੰਗ ਹੈ
ਕਿ 100 ਗਿਲਟੀ ਪੀਪਲ ਕੈਨ ਬੀ ਲੈਟ ਆਫ ਦਾ ਹੁੱਕ ਬਟ ਨਾਟ ਅ ਸਿੰਗਲ ਇਨੋਸੈਂਟ ਸ਼ੁੱਡ ਬੀ ਪੁੱਟ ਔਨ ਦੈਟ ਹੁੱਕ। ਤੇ ਇਹ ਜਿਹੜੇ ਕੁਛ ਲੋਕ ਜਿਨ੍ਹਾਂ ਦਾ ਕਸੂਰ ਨਹੀਂ ਹੁੰਦਾ, ਐਸੇ ਕੁਛ ਲੋਕ ਵੀ ਹੈ ਜਿਨ੍ਹਾਂ ਨੂੰ ਕਨਵਿਕਸ਼ਨ ਹੋ ਜਾਂਦੀ ਹੈ ਫੋਰ ਵਟ ਐਵਰ ਰੀਜ਼ਨਸ, ਉਹ ਨਹੀਂ ਚੰਗਾ ਲੋਇਰ ਅਫੋਰਡ ਕਰ ਸਕੇ, ਕੁਛ ਹੋਰ ਕਰ ਸਕੇ, ਤੇ ਕਿ ਉਹਨਾਂ ਨੂੰ ਜਿਹੜੇ ਹੋਰ ਲੋਕ ਹੈ ਉਹਨਾਂ ਨੂੰ ਪਰੋਲ ਮਿਲਦੀ ਹੈ, ਉਹਨਾਂ ਨੂੰ ਫਰਲੋ ਮਿਲਦੀ ਹੈ। ਐਸੇ ਐਸੇ ਕਦੇ ਕਦੇ ਓਕੇਜ਼ਨਸ ਹੁੰਦੇ, ਮੈਡੀਕਲ ਐਮਰਜੈਂਸੀ ਹੁੰਦੀ ਹੈ, ਅਸੀਂ ਆਪ ਪਰੋਲ ਉਹਨਾਂ ਦੀ ਅਪਲਾਈ ਕਰਦੇ ਹਾਂ ਹਾਈ ਕੋਰਟ ਦੇ ਵਿੱਚ, ਤੇ ਕਦੇ ਕਦੇ ਉਹਨਾਂ ਨੂੰ ਵੀ ਨਹੀਂ ਮਿਲ ਪਾਉਂਦੀ ਪਰੋਲ ਫਰਲੋ। ਤੇ ਮਤਲਬ ਐਸੀ ਐਮਰਜੈਂਸੀਜ਼ ਹੁੰਦੀ ਹੈ, ਕਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਹੈ, ਕੋਈ ਆਪਣਾ ਘਰ ਦੇ ਵਿੱਚ ਮਜਬੂਰੀ ਹੈ, ਕੋਈ ਘਰ ਦਾ ਚੂਲਾ ਨਹੀਂ ਚੱਲ ਰਿਹਾ, ਐਸੀ ਐਮਰਜੈਂਸੀ ਹੁੰਦੀ ਹੈ, ਅਸੀਂ ਪਰੋਲ ਲਈ ਅਪਲਾਈ ਕਰਦੇ ਹਾਂ, ਕਦੇ ਕਦੇ ਉਹ ਰਿਜੈਕਟ ਹੋ ਜਾਂਦੀ ਹੈ। ਤੇ ਉਹ ਲੋਕਾਂ ਦੀ ਜਿਨ੍ਹਾਂ ਦਾ ਗੁਨਾਹ ਬਾਹਲਾ ਵੱਡਾ ਨਹੀਂ ਹੁੰਦਾ, ਉਹ ਲੋਕਾਂ ਦੀ ਜਿਹੜੇ ਗਲਤ ਫਸਾਏ ਗਏ ਹੁੰਦੇ ਆ, ਤੇ ਉਹਨਾਂ ਨੂੰ ਤਾਂ ਪਰੋਲ ਤੇ ਫਰਲੋ ਮਿਲਦੀ ਨਹੀਂ ਹਰੇਕ ਦਫਾ। ਤੇ ਦੂਜੇ ਪਾਸੇ ਇਹਨਾਂ ਨੂੰ ਬੈਕ ਟੂ ਬੈਕ ਪਰੋਲ ਫਰਲੋਸ ਮਿਲਦੀ ਹੈ। ਤਾਂ ਕਰਕੇ ਅਸੀਂ ਬੀਜੇਪੀ ਨੂੰ ਸਵਾਲ ਇਹ ਕਰਦੇ ਹਾਂ ਵੀ ਇੰਨੀ ਗੱਲ ਦਾ ਜਵਾਬ ਦੇ ਦਿਓ। ਠੀਕ ਹੈ ਖੜਿਆਲ ਸਾਹਿਬ, ਇਹ ਜਿਹੜਾ ਸਵਾਲ ਹੈ ਇਹ ਹਰੇਕ ਕੋਈ ਸ਼ਖਸ ਇਹੀ ਸਵਾਲ ਕਰਦਾ ਹੋਇਆ ਨਜ਼ਰ ਆ ਰਿਹਾ ਕਿ ਆਖਿਰ ਆਮ ਲੋਕਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ, ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ, ਜਾਂ ਜਿਹੜੇ ਕਾਫੀ ਛੋਟੇ ਕੇਸਾਂ ਦੇ ਵਿੱਚ ਨੇ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ। ਤਾਂ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਹੋਇਆ ਸਾਨੂੰ ਇੱਥੇ ਵਿਰਾਮ ਲਾਉਣਾ ਪੈਣਾ। ਖੜਿਆਲ ਸਾਹਿਬ ਬਹੁਤ ਬਹੁਤ ਧੰਨਵਾਦ, ਚੱਬਰ ਸਾਹਿਬ ਤੁਹਾਡਾ ਵੀ ਸ਼ੁਕਰੀਆ, ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਜੋਸ਼ੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪੋ ਆਪਣੀ ਪਾਰਟੀਆਂ ਦੇ ਪੱਖ ਰੱਖੇ ਨੇ। ਲੇਕਿਨ ਹੁਣ ਸਵਾਲ ਵੱਡਾ ਇਹ ਹੈ, ਭਾਵੇਂ ਕਿ ਅਸੀਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਲੇਕਿਨ ਗੱਲ ਫਿਰ ਉਹੀ ਸਿਆਸੀ ਗੁੰਝਲਦਾਰ ਬਣਦੀ ਹੋਈ ਨਜ਼ਰ ਆਈ ਹੈ। ਹਾਲਾਂਕਿ ਆਮ ਲੋਕ ਜਿਨ੍ਹਾਂ ਨੂੰ ਕਿ ਕਾਫੀ ਕਈ ਵਾਰ ਜ਼ਰੂਰੀ ਕੰਮ ਹੁੰਦੇ ਨੇ ਉਹ ਪੈਰੋਲ ਅਪਲਾਈ ਕਰਦੇ ਨੇ, ਫਰਲੋ ਅਪਲਾਈ ਕਰਦੇ ਨੇ, ਉਹਨਾਂ ਨੂੰ ਨਹੀਂ ਮਿਲਦੀ। ਹਾਲਾਂਕਿ ਤਰਕ ਟੈਕਨੀਕਲੀ ਪੱਖ ਬਹੁਤ ਚੀਜ਼ਾਂ ਹੁੰਦੀਆਂ ਨੇ, ਅਸੀਂ ਅਦਾਲਤ 'ਤੇ ਸਵਾਲ ਨਹੀਂ ਖੜ੍ਹੇ ਕਰ ਰਹੇ, ਲੇਕਿਨ ਜਿਸ ਹਿਸਾਬ ਦੇ ਨਾਲ ਸਟੇਟ ਗਵਰਨਮੈਂਟ ਦਾ ਕੰਟਰੀਬਿਊਸ਼ਨ ਰਹਿੰਦਾ ਹਰੇਕ ਕੇਸ ਦੇ ਵਿੱਚ ਜਿਨ੍ਹਾਂ 'ਤੇ ਗੰਭੀਰ ਦੋਸ਼ ਨੇ, ਤਾਂ ਕਿ ਉਹ ਉਸ ਹਿਸਾਬ ਦੇ ਨਾਲ ਸਹੀ ਤਰੀਕੇ ਦੇ ਨਾਲ ਰੈਕਮੈਂਡੇਸ਼ਨ ਕਰ ਪਾਉਂਦੇ ਨੇ, ਇਹ ਇੱਕ ਵੱਡਾ ਸਵਾਲ ਹੈ। ਹਾਲਾਂਕਿ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰਾ ਕੁਝ ਦਰੁਸਤ ਹੋਣ ਦੀ ਜ਼ਰੂਰ ਆਸ ਬਚਦੀ ਹੋਈ ਨਜ਼ਰ ਆ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।